हाँ भी दोस्तों, पंजाबी मंच लाइव वालों तुहाडा स्वागत है। अज असी पंजाब दे उगे लेखक अवतार सिंह संधू दे नाल मुलाकात करांगे। अवतार सिंह संधू पिछों साडे जिले तो नवां शहर तो ही हैं, हुण तो कहिंदे जिला बन गया। साडे जमाने दे विच ते तहसील ही हुंदी सी, हुण संधू साहब दस्सणगे कि हुण तहसील कड़ी बनी है, तहसीलां उहड़ी हुण होर बन गईआं होणगीआं। ते ਕਹਿਣ ਸਾਡੇ ਇਲਾਕੇ ਦੇ ਨੇ ਤੇ ਕਾਫੀ ਵਧੀਆ ਲਿਖਦੇ ਨੇ, ਉਦਾਂ ਵੀ ਇਹਨਾਂ ਨਾਲ ਕਦੇ ਕਦੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ। ਤੇ ਪਿਛਲੀ ਵਾਰੀ ਜਿਹੜਾ ਅਸੀਂ ਪੰਜਾਬੀ ਮੰਚ ਵੱਲੋਂ ਵੀਡੀਓ ਕੰਪੀਟੀਸ਼ਨ ਕੋਲ ਆਇਆ ਸੀ, ਉਹਦੇ ਵਿੱਚ ਸੰਧੂ ਸਾਹਿਬ ਨੂੰ ਇਸ ਗੱਲ ਦਾ ਮਾਣ ਮਿਲਿਆ ਸੀ ਕਿ ਇਹ ਹਿੰਦੁਸਤਾਨ ਵੱਲੋਂ ਉਸ ਕੰਪੀਟੀਸ਼ਨ ਦੇ ਪੈਨਲ ਦੇ ਵਿੱਚ ਜਿਹੜੇ ਅਸੀਂ ਚਾਰ ਜੱਜ ਬਿਠਾਏ ਸੀ, ਉਹਨਾਂ ਵਿੱਚ ਹਿੰਦੁਸਤਾਨ ਵੱਲੋਂ ਇਹ ਜੱਜ ਸਨ। ਤੇ ਤੁਹਾਨੂੰ ਪਤਾ ਹੀ ਹੈ ਕਿ ਯੂਰਪ ਦੇ ਵਿੱਚੋਂ ਧਰਮਿੰਦਰ ਸਿੰਘ ਕੰਗ ਨੇ ਉਹ ਭੂਮਿਕਾ ਨਿਭਾਈ ਸੀ, ਤੇ ਆਸਟ੍ਰੇਲੀਆ ਵਿੱਚੋਂ ਡਾਕਟਰ ਅਮਰਜੀਤ ਟਾਂਡਾ ਨੇ, ਤੇ USA ਵਿੱਚੋਂ ਬੀਬੀ ਸਤਿੰਦਰ ਵੀਰ ਜੱਗੀ ਨੇ ਉਹ ਭੂਮਿਕਾ ਨਿਭਾਈ ਸੀ, ਤੇ ਹਿੰਦੁਸਤਾਨ ਵੱਲੋਂ ਅਵਤਾਰ ਸਿੰਘ ਸੰਧੂ ਉਸ ਦਰਜਿਆਂ ਦੇ ਪੈਨਲ ਵਿੱਚ ਸ਼ਾਮਿਲ ਸਨ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਕਾਫੀ ਕਿਤਾਬਾਂ ਲਿਖ ਚੁੱਕੇ ਨੇ, ਖਾਸ ਕਰਕੇ ਬੱਚਿਆਂ ਦੇ ਮਾਮਲੇ 'ਚ ਉਹਨਾਂ ਨੇ 1.5 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਨੇ। ਮੈਨੂੰ ਤਾਂ ਇੰਨਾ ਸੁਣ ਕੇ ਹੈਰਾਨੀ ਹੋਈ ਕਿ ਹਿੰਦੁਸਤਾਨ ਵਿੱਚ ਬੱਚਿਆਂ ਦੀਆਂ ਕਿਤਾਬਾਂ ਦੀ ਇੰਨੀ ਮਾਰਕੀਟ ਹੈ। ਮੈਨੂੰ ਇੰਨਾ ਪਤਾ ਕਿ ਅਮਰੀਕਾ ਦੇ ਵਿੱਚ ਬੱਚਿਆਂ ਦੀਆਂ ਕਿਤਾਬਾਂ ਦੀ ਬਹੁਤ ਜ਼ਿਆਦਾ ਮਾਰਕੀਟ ਹੈ। ਇੱਥੇ ਤਾਂ ਜਿਹੜਾ ਲੋਕਾਂ ਨੇ ਬੱਚਿਆਂ ਦੀਆਂ ਕਿਤਾਬਾਂ ਲਿਖੀਆਂ ਉਹ ਤਾਂ ਲੱਖਾਂ ਕਰੋੜਾਂਪਤੀ ਬਣ ਗਏ, ਅਤੇ ਬਾਕੀ ਕਵਿਤਾ ਵੀ ਬਹੁਤ ਵਧੀਆ ਲਿਖਦੇ ਨੇ ਬੱਚਿਆਂ ਦੀਆਂ ਲਿਖਤਾਂ ਤੋਂ ਇਲਾਵਾ। ਅਤੇ ਹੁਣ ਮੈਂ ਸੰਧੂ ਸਾਹਿਬ ਦੇ ਹਵਾਲੇ ਮਾਈਕ ਕਰਨ ਜਾ ਰਿਹਾ, ਅਤੇ ਉਹ ਸਾਨੂੰ ਸ਼ੁਰੂ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸਣਗੇ ਕਿ ਕਿੱਥੇ ਪੈਦਾ ਹੋਏ ਅਤੇ ਕਿੱਥੇ ਪੜ੍ਹੇ, ਤੇ ਉਸ ਤੋਂ ਬਾਅਦ ਕਦੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਤੇ ਉਹ ਸਾਰੀ ਸਾਡੇ ਪਾਠਕਾਂ ਦੇ ਨਾਲ ਜਾਣ ਪਛਾਣ ਆਪਣੀ ਕਰਾਉਣਗੇ। ਤੇ ਗੱਲ ਇਸ ਕਰਕੇ ਸ਼ੁਰੂ ਹੋਈ ਸੀ ਕਿਉਂਕਿ ਸੰਧੂ ਸਾਹਿਬ ਦੀ ਪਿੱਛੇ ਜੇ ਇੱਕ ਕਿਤਾਬ ਆਈ ਸੀ, ਉਹ ਕਿਤਾਬ ਪੀੜਾਂ ਦੀ ਪੈੜ, ਉਹਦੀ ਤੀਜਾ ਐਡੀਸ਼ਨ ਉਹਦਾ ਆ ਗਿਆ 2-3 ਮਹੀਨੇ ਦੇ ਵਿੱਚ ਵਿੱਚ, ਤੇ ਸਾਰੇ ਪਾਠਕ ਬੜੇ ਪੜ੍ਹ ਕੇ ਹੈਰਾਨ ਹੋਏ, ਤੇ ਮੈਂ ਵੀ ਬੜਾ ਪੜ੍ਹ ਕੇ ਹੈਰਾਨ ਹੋਇਆ ਕਿ ਪੰਜਾਬੀ ਕਿਤਾਬਾਂ ਤਾਂ ਵਿਕਦੀਆਂ ਨਹੀਂ, ਉਹ ਤਾਂ ਕਈ ਕਈ ਸਾਲ ਰੁਲਦੀਆਂ ਰਹਿੰਦੀਆਂ, ਤੇ ਉਹ ਇਹਨਾਂ ਦੀਆਂ ਤਾਂ ਮਹੀਨਿਆਂ ਦੇ ਵਿੱਚ ਹੀ 3 ਐਡੀਸ਼ਨ ਆ ਗਏ। ਤੇ ਫਿਰ ਮੈਂ ਕਿਹਾ ਵੀ ਇਹ ਤਾਂ ਬੰਦੇ ਬਹੁਤ ਕੰਮਦੇ ਨੇ, ਇਸ ਕਰਕੇ ਕਿਉਂ ਨਾ ਆਪਣੇ ਪਾਠਕਾਂ ਦੇ ਨਾਲ ਇਹਨਾਂ ਦੀ ਜਾਣ ਪਛਾਣ ਕਰਾਈ ਜਾਵੇ। ਇੱਥੋਂ ਇਹਨਾਂ ਦੀ ਇੰਟਰਵਿਊ ਦਾ ਜਿਹੜਾ ਮਾਮਲਾ ਉੱਠਿਆ ਸੀ। ਹਾਂਜੀ, ਹੁਣ ਤੁਹਾਡੇ ਨਾਲ ਅਸੀਂ ਜਾਣ ਪਛਾਣ ਕਰਾ ਰਹੇ ਹਾਂ ਅਵਤਾਰ ਸਿੰਘ ਸੰਧੂ। ਸੰਧੂ ਸਾਹਿਬ, ਮਾਈਕ ਹੁਣ ਤੁਹਾਡੇ ਹਵਾਲੇ ਆ, ਤੇ ਸਪੀਕਰ ਮੈਂ ਲਾ ਆਇਆ, ਤੇ ਤੁਸੀਂ ਸ਼ੁਰੂ ਕਰ ਦਿਓ ਜੀ। ਹਾਂਜੀ, ਮੋਨੀਟਰ ਕਰ ਰਿਹਾ ਸੀ, ਮੈਂ ਹੁਣ ਬੰਦ ਕਰ ਲਿਆ। ਓਕੇ, ਹਾਂਜੀ ਸ਼ੁਰੂ ਰੱਖੋ। ਹੈਲੋ, ਹਾਂਜੀ ਹਾਂਜੀ ਠੀਕ ਹੈ। ਹਾਂਜੀ, ਪਹਿਲਾਂ ਤੁਸੀਂ ਕਹਾਣੀ ਤੋਂ ਸ਼ੁਰੂ ਕੀਤਾ ਕੰਮ ਕਿ ਕਵਿਤਾ ਤੋਂ ਸ਼ੁਰੂ ਕੀਤਾ? ਅੱਛਾ ਜੀ। ਪੰਜਾਬੀ ਸਾਹਿਤ ਦੇ ਵਿੱਚ ਬੱਚਿਆਂ ਦਾ ਜਿਹੜਾ ਕੰਮ ਆ ਬਹੁਤ ਘੱਟ ਹੈ,
ਹਾਂਜੀ ਅੱਛਾ ਜੀ ਉਦੋਂ ਬੜੀ ਪਾਪੂਲਰ ਹੋਈ ਉਹਦੇ ਕਾਫੀ ਚੀਜ਼ਾਂ ਦੇ ਸੀ ਜਲੰਧਰ ਦੂਰਦਰਸ਼ਨ ਦਾ ਪ੍ਰੋਗਰਾਮ ਬੱਚਿਆਂ ਦਾ ਆਉਂਦਾ ਪਿਕਚਰ ਮਿਲਦਾ ਰਹੇ ਹਾਂਜੀ ਉਹਦੇ ਵੀ ਟੈਲੀਕਾਸਟ ਪਰ ਤੇ ਕੁਝ ਉਹਦੇ ਗੀਤ ਰੇਡੀਓ ਸਟੇਸ਼ਨ ਤੇ ਚਲੇ ਇਸ ਤਰ੍ਹਾਂ ਫਿਰ ਮੇਰਾ ਇਹ ਸਿਲਸਿਲਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤਕਰੀਬਨ ਮੈਂ ਕੋਈ ਚਾਰ ਬੱਚਿਆਂ ਦੇ ਨਾਵਲ ਲਿਖੇ ਤੇ ਅੱਛਾ ਜੀ ਛੇ ਬੱਚਿਆਂ ਦੇ ਬਾਲ ਕਹਾਣੀ ਸੰਗ੍ਰਹਿ ਲਿਖੇ ਤੇ ਚਾਰ ਕਿਤਾਬਾਂ ਮੈਂ ਲਿਖਾਂ ਦੀਆਂ ਜਿਹੜੀਆਂ ਬੱਚਿਆਂ ਦੇ ਲਿਖੀਆਂ ਅੱਛਾ ਜੀ ਤੇ ਹੁਣ ਮੇਰੀਆਂ ਤਿੰਨ ਕਿਤਾਬਾਂ ਜਿਹੜੀਆਂ ਉਹ ਅੱਛਾ ਜੀ ਇਹ ਵੀ ਬੱਚਿਆਂ ਦੀ ਕਿਤਾਬਾਂ ਨੇ ਜਿਹਦਾ ਤੀਸਰਾ ਐਡੀਸ਼ਨ ਆ ਰਿਹਾ ਇਹ ਹਾਂਜੀ ਹਾਂਜੀ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਪਰ ਕੁਝ ਸਮੇਂ ਬਾਅਦ ਫਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਪੰਜਾਬ ਦੀ ਗੱਲ ਅਸੀਂ ਕਰਦੇ ਹਾਂ ਹਾਂਜੀ ਬਿਲਕੁਲ ਸਹੀ ਹੈ ਤੇ ਉਹਨਾਂ ਦੀ ਕਹਿੰਦੇ ਕਿ ਮੈਂ ਗੁਰਦੁਆਰਾ ਨੂੰ ਇਸ ਕਿਤਾਬ ਦੇ ਵਿੱਚ ਸ਼ਾਮਿਲ ਕੀਤਾ ਅੱਛਾ ਜੀ ਤੇ ਕਿੰਨੇ ਸਫ਼ੇ ਦੀ ਕਿਤਾਬ ਹੈ ਜੀ ਇਹ ਤੁਹਾਡੀ ਜਿਹੜੀ ਹੈ ਪੀੜਾਂ ਦੀ ਪੈੜ ਹੈ ਹਾਂਜੀ ਤੇ ਕਿੰਨੇ ਸਫ਼ੇ ਦੀ ਕਿਤਾਬ ਹੈ ਪੀੜਾਂ ਦੀ ਪੈੜ ਇਹ ਪੀੜਾਂ ਦੀ ਪੈੜ 150 ਸਫ਼ੇ ਦੀ ਕਿਤਾਬ ਹੈ ਜੀ ਤੇ ਤਕਰੀਬਨ ਇਹਦੇ ਵਿੱਚ ਕੋਈ 55 ਮੇਰੇ ਗੀਤ ਤੇ ਅੱਛਾ ਜੀ ਅੱਛਾ ਜੀ ਅੱਛਾ ਤੇ ਕੁਝ ਮੇਰੇ ਜਿਹੜੇ ਗੀਤ ਹੈ ਉਹ ਰਿਕਾਰਡ ਜੋ ਹੈ ਤੁਹਾਡੇ ਆਪਣੇ ਨਿਰਮਲ ਸਿੰਧੂ ਕਿਸੇ ਵੇਲੇ ਬੜੇ ਪਾਪੂਲਰ ਗਾਇਕ ਸਾਡੇ ਪੰਜਾਬ ਦੇ ਵਿੱਚ ਹਾਂਜੀ ਤੇ ਉਹਨਾਂ ਨੇ ਮੇਰੇ ਗੀਤ ਰਿਕਾਰਡ ਕੀਤੇ ਆ ਤੇ ਹੁਣ ਕੈਨੇਡਾ ਦੇ ਵਿੱਚ ਇੱਕ ਮਨਿੰਦਰ ਗਰੇਵਾਲ ਦਾ ਮੇਰੇ ਗੀਤ ਰਿਕਾਰਡ ਕਰ ਰਿਹਾ ਹਾਂਜੀ ਤੇ ਹੋਰ ਵੀ ਗਾਇਕ ਹੈ ਜਿਹਨਾਂ ਨੇ ਮੇਰੇ ਕਾਫੀ ਗੀਤ ਰਿਕਾਰਡ ਕੀਤੇ ਆ ਦੋ ਗੀਤਾਂ ਬਾਰੇ ਜਿਹੜੀ ਹੁਣ ਫਿਰ ਪੰਜਾਬ ਦੇ ਗਾਇਕਾਂ ਨਾਲ ਗੱਲ ਚੱਲ ਰਹੀ ਆ ਉਹ ਵੀ ਇਹਨਾਂ ਨੇ ਇਹ ਪੁਸਤਕ ਕਿਤੋਂ ਦੇ ਕੇ ਮੈਨੂੰ ਉਹਨਾਂ ਦੇ ਫਿਰ ਪਹੁੰਚ ਦਿੱਤੀ ਕਹਿੰਦੇ ਵੀ ਹਾਂਜੀ ਇਹ ਪੁਸਤਕ ਤੁਹਾਡੀ ਪ੍ਰਕਾਸ਼ਤ ਕਿਹਨੇ ਕੀਤੀ ਹੈ ਤੇ ਪ੍ਰਿੰਟ ਕਿਹਨੇ ਕੀਤੀ ਹੈ ਇਹ ਵੀ ਦੱਸੋ ਇਹ ਅਸਲ ਵਿੱਚ ਸਾਡੇ ਇੱਕ ਨਾ ਦਰਸ਼ ਸੰਕਲ ਵਿੱਚ ਹੁਣ ਮੇਰੀ ਜਿਹੜੀ ਰਹਾਇਸ਼ ਹੈ ਉਹ ਹੈ ਕਿ ਨਮਸਤ ਹੈ ਹਾਂਜੀ ਮਸਤ ਹੈ ਜੋ ਕਿ ਹੁਣ ਜ਼ਿਲ੍ਹਾ ਬਣ ਚੁੱਕਾ ਆ ਹਾਂਜੀ ਤੇ ਇੱਥੇ ਮੈਂ ਤਕਰੀਬਨ ਕੋਈ ਪਿਛਲੇ 30 ਸਾਲ ਤੋਂ ਰਹਿ ਰਿਹਾ ਹਾਂਜੀ ਤੇ ਇਹਦੇ ਨਾਲ ਹੀ ਦਰਸ਼ ਸੰਕਲ ਹੈ ਤੇ ਇੱਥੇ ਦੁਆਬਾ ਲਿਖਾਰੀ ਸਭਾ ਅਸੀਂ ਇੱਕ ਬਣਾਈ ਸੀ ਉਹਦਾ ਮੈਂ ਜਨਰਲ ਸਕੱਤਰ ਸੀ ਹਾਂਜੀ ਤੇ 1983 ਦੇ ਵਿੱਚ ਇਹ ਜਿਹੜੀ ਸਭਾ ਸੀ ਹੋ ਰਹੀ ਚਾਹੀ ਸੀ ਇਹਦੇ ਅਧਿਕਾਰ ਦਾ ਪ੍ਰਧਾਨ ਹੈ ਕਿ ਪ੍ਰੋਫੈਸਰ ਸੰਧੂ ਰਿਹਾ ਸੀ ਹਾਂਜੀ ਤੇ ਹੁਣ ਇਹਦੇ ਜਨਰਲ ਸਕੱਤਰ ਹੈ ਅਮਰੀਕ ਅਮਰਾਜ ਬਹੁਤ ਸਾਡੇ ਮਸ਼ਹੂਰ ਗੀਤਕਾਰ ਹੈ ਅਮਰੀਕ ਅਮਰਾਜ ਜਿਹੜਾ ਹਾਂਜੀ ਹਾਂਜੀ ਉਹਦਾ ਗੀਤ ਬੜਾ ਹਿੱਟ ਸੀ ਬੱਗੇ ਬੱਗੇ ਬੈਲ ਰੱਖਣੇ ਹਾਂਜੀ ਤੇ ਉਹ ਜਨਰਲ ਸਕੱਤਰ ਹੈ ਤੇ ਇਹ ਮੇਰੀਆਂ ਜਿੰਨੀਆਂ ਵੀ ਕਿਤਾਬਾਂ ਹੁਣ ਤੱਕ ਦੱਸੀਆਂ ਇਹ ਸਾਰੀਆਂ ਦੁਆਬਾ ਲਿਖਾਰੀ ਸਭਾ ਨੇ ਪ੍ਰਕਾਸ਼ਿਤ ਕੀਤਾ ਇਹਨਾਂ ਦਾ ਅੱਛਾ ਜੀ ਅੱਛਾ ਜੀ ਤੇ ਪ੍ਰਿੰਟ ਕੌਣ ਕਰਦਾ ਇਹਨਾਂ ਨੂੰ ਪ੍ਰਿੰਟ ਕਿੱਥੋਂ ਕੀਤੀਆਂ ਕਰਵਾਈਆਂ ਤੁਸੀਂ ਕਰਾਉਂਦੇ ਆ ਪ੍ਰਿੰਟ ਅਸੀਂ ਮੇਰੇ ਕੋਲ ਇੱਕ ਮੇਰੇ ਹਰਵਿੰਦਰ ਸਿੰਘ ਵਿੱਦੀ ਹੈ ਜੀ ਸਰਪੰਚ ਤੇ ਪ੍ਰੈਸ ਰੋਗਾੜੇ ਵਾਲੇ ਅੱਛਾ ਅੱਛਾ ਉਹ ਤਾਂ ਸਾਡੇ ਗੁਆਂਢੀ ਆ ਫਿਰ ਹਾਂਜੀ ਤੇ ਬੜਾ ਰੀਜਨਲ ਰੇਟ ਉਹਨਾਂ ਦਾ ਹੁੰਦਾ ਤੇ ਮੇਰਾ ਕੰਮ ਉਹ ਵੀ ਤਕਰੀਬਨ ਸਾਰਾ ਕਰਦੇ ਅੱਛਾ 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 ਚਲੋ ਉਹਨਾਂ ਦੀ ਮਸ਼ਹੂਰੀ ਹੋ ਗਈ ਅਸੀਂ ਵੀ ਫਵਾੜੇ ਪੜ੍ਹੇ ਹਾਂ ਜੀ ਫਵਾੜੇ ਫਵਾੜਾ ਸਾਨੂੰ ਲੱਗੇ ਪੈਂਦਾ ਵੈਸੇ ਮੈਂ ਬੰਗਿਆਂ 'ਚ ਵੀ ਪੜ੍ਹਿਆ ਤੇ ਜ਼ਿਲ੍ਹਾ ਤੇ ਸਾਡਾ ਤਹਿਸੀਲ ਤਾਂ ਸਾਡੀ ਨਵਾਂ ਸ਼ਹਿਰ ਹੀ ਸੀ ਪਰ ਫਵਾੜਾ ਸਾਨੂੰ ਨੇੜੇ ਪੈਂਦਾ ਸੀ ਫਵਾੜੇ ਵੈਸੇ ਮੈਂ ਬੀਐਸਸੀ ਫਾਈਨਲ ਮੈਂ ਫਵਾੜੇ ਤੋਂ ਹੀ ਕੀਤੀ ਆ ਤੇ ਅੱਛਾ ਬੇਬੀ ਸਾਹਿਬ ਫਵਾੜੇ ਦੇ ਨੇ ਉਹ ਕਰਦੇ ਨੇ ਤੁਹਾਡੀ ਪ੍ਰਿੰਟਿੰਗ ਸਾਰੀਆਂ ਪ੍ਰਕਾਸ਼ਨ ਵਗੈਰਾ ਦਾ ਅੱਛਾ ਤੇ ਬਾਕੀ ਮਾਰਕੀਟ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਇਹ ਕਿਤਾਬ ਨੂੰ ਇੰਨੀ ਜਲਦੀ ਕਿਦਾਂ ਵਿਕ ਗਈ ਤੁਸੀਂ ਜਿਸ ਤਰ੍ਹਾਂ ਦੱਸਿਆ ਨਾ ਕਿਤਾਬ ਤੇ ਇਹਨੂੰ ਮਾਰਕੀਟ ਕੌਣ ਕਰਦਾ ਮਾਰਕੀਟ ਇਸ ਤਰ੍ਹਾਂ ਦੀ ਕਿ
अच्छा जी, वेरी गुड। अच्छा 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 वेरी गुड। अच्छा हाँ, तो फिर हाँ जी, हाँ जी, फिर नहीं, वधिया गल है, वधिया। हाँ जी, हाँ जी, ठीक है। अच्छा, जिला जिहड़ा बनाया, मैंने थोड़ी जिहा दूजे पासे लै जाणा, जिहड़ा हुण नवां शहर तहसील नूं जिला बनाता, इहदे विच कुछ होर इलाका वी ऐड कीता कि जां ओह तहसील जिन्नी सी उहनूं जिला बनाता उहनां ने? अच्छा, बड़ा चौक नेड़े चलवा दित्ता। अच्छा 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 ते बंगा बंगा तहसील बन गई कि वो थाना ही है अजे? अच्छा, बंगा तहसील बन गई है, ते बंगा भी तरक्की कर गया। अच्छा 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 हुण तुसीं सानूं अपनी इस किताब दे विच्चों, ਤੁਸੀਂ ਕਹਿੰਦੇ ਨਾ ਕਿ ਤੁਹਾਨੂੰ ਕੁਛ ਸ਼ੁਰੂ ਸ਼ੁਰੂ ਦੇ ਵਿੱਚ ਧਮਕੀਆਂ ਵੀ ਦਿੱਤੀਆਂ ਕੁਛ ਖਾੜਕੂ ਕਿਸਮ ਦੇ ਸਿੰਘਾਂ ਨੇ, ਤੇ ਕੁਛ ਇਦਾਂ ਦੀਆਂ ਕਿਹੜੀਆਂ ਇਹ 'ਚ ਗੀਤ ਜਾਂ ਗਜ਼ਲਾਂ ਸਨ? ਸਾਨੂੰ ਕੁਛ ਹੁਣ ਇਹਦੇ ਵਿੱਚੋਂ ਕੋਈ ਮੋਟ ਮੋਟੀਆਂ ਵੰਨਗੀਆਂ ਤੁਸੀਂ ਦੱਸੋ, ਸੁਣਾਓ ਸਾਡੇ, ਤਾਂ ਕਿ ਸਾਡੇ ਪਾਠਕਾਂ ਨੂੰ ਪਤਾ ਲੱਗੇ। ਵੈਸੇ ਤੁਸੀਂ ਮੈਨੂੰ ਦੱਸਿਆ ਸੀ ਇੱਕ ਦਿਨ ਕਿ ਤੁਸੀਂ ਮੈਨੂੰ ਇੱਕ ਕਿਤਾਬ ਮੇਲ ਕਰ ਚੁੱਕੇ ਹੋ, ਅਜੇ ਮੈਨੂੰ ਮਿਲੀ ਤਾਂ ਨਹੀਂ ਹੈ, ਪਰ ਜਦੋਂ ਮਿਲੂਗੀ ਦੁਬਾਰਾ ਆਪਾਂ ਇੱਕ ਵਾਰੀ ਫਿਰ ਆ ਇੰਟਰਵਿਊ ਕਰਾਂਗੇ, ਨਾਲੇ ਉਦੋਂ ਤੱਕ ਤੁਹਾਡਾ ਵੈਬਕੈਮ ਵੀ ਚੱਲ ਪਊ ਤੇ ਉਹ ਵੀ ਸੈੱਟ ਹੋ ਜਾਊਗਾ, ਤੇ ਫਿਰ ਤੁਹਾਨੂੰ ਲਾਈਵ ਹੀ ਲੈ ਆਵਾਂਗੇ। ਤੇ ਅੱਜ ਸਮਝ ਲਓ ਵੀ ਪਹਿਲੀ ਮੁਲਾਕਾਤ ਹੀ ਆ। ਹੁਣ ਸਾਨੂੰ ਇਹਦੇ ਵਿੱਚੋਂ ਤੁਸੀਂ ਕੁਛ ਨਮੂਨੇ ਜਿਹੜੇ ਆ ਉਹ ਸਾਨੂੰ ਆਪਣੀਆਂ ਰਚਨਾਵਾਂ ਦੇ ਦਿਓ। ਅੱਛਾ ਜੀ, ਹਾਂਜੀ, ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ।
ਬਹੁਤ ਅੱਛੀ ਜੀ, ਬਹੁਤ ਅੱਛੀ, ਬਹੁਤ ਵਧੀਆ, ਬਹੁਤ ਕਮਾਲ। ਸਤਿ ਸ੍ਰੀ ਅਕਾਲ ਜੀ। ਇੱਧਰ ਆਪਣੇ ਬਠਿੰਡਾ ਤੋਂ ਮੱਲੀ ਸਾਹਿਬ ਸੁਨਾਮ ਸਿੰਘ ਮੱਲੀ ਔਨਲਾਈਨ ਆ ਗਿਆ ਜੀ ਸਾਡੇ ਨਾਲ। ਉਹਨਾਂ ਨੇ ਵੀ ਨਵਾਂ ਨਵਾਂ ਹੀ ਵੀਡੀਓ ਆਪਣਾ ਸੈੱਟ ਕੀਤਾ। ਉਹਨਾਂ ਨੂੰ ਮੈਂ ਦੱਸਿਆ ਸੀ ਕਿ ਸੰਧੂ ਸਾਹਿਬ ਦੇ ਨਾਲ ਇੰਟਰਵਿਊ ਕਰ ਰਹੇ ਹਾਂ। ਹਾਂਜੀ, ਮੈਂ ਮੱਲੀ ਸਾਹਿਬ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਇਹ ਮੱਲੀ ਸਾਹਿਬ ਨੂੰ ਅਸੀਂ, ਇਹ ਸਾਡੀ ਉੱਥੇ ਜਿਹੜੀ ਸਭਾ ਅਸੀਂ ਬਣਾਈ ਹੋਈ ਹੈ ਨਾ ਆਪਣੇ ਬਠਿੰਡਾ ਵਾਲਿਆਂ ਨੇ, ਉਹਦੇ ਵਿੱਚ ਹੈਗੇ ਨੇ ਇਹ, ਉਹਦੇ ਖਜ਼ਾਨਚੀ ਨੇ ਉਸ ਸਭਾ ਦੇ ਬਠਿੰਡਾ ਵਾਲੀ ਦੇ। ਅਤੇ ਇਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮੰਚ ਵੱਲੋਂ ਟੈਕਨੀਕਲ ਅਸਿਸਟੈਂਟ ਦੀ ਸੇਵਾ ਦਿੱਤੀ ਆ, ਜਿਹੜਾ ਪੰਜਾਬੀ ਮੰਚ ਨੂੰ ਕਿਸੇ ਕਿਸਮ ਦੀ ਕੋਈ ਵੀਡੀਓ ਵਗੈਰਾ ਭੇਜਣੀ ਆ ਜਾਂ ਲੋਕਾਂ ਦੇ ਫਾਰਮ ਵਗੈਰਾ ਭਰਨੇ ਆ ਪੰਜਾਬੀ ਮੰਚ ਫਿਲਮ ਵਾਸਤੇ ਵੀ, ਜਿਹੜੇ ਅਸੀਂ ਬੰਦਿਆਂ ਨੂੰ ਵਿੱਚ ਲੈ ਰਹੇ ਹਾਂ, ਅਤੇ ਉਹ ਸਾਰਾ ਜਿਹੜਾ ਟੈਕਨੀਕਲ ਇੱਦਾਂ ਦਾ ਕੰਮ ਹੈਗਾ ਨਾ, ਉਹ ਇਹ ਕਰਦੇ ਨੇ। ਉਹ ਦੋ ਮੁੰਡੇ ਮੈਂ ਇਸ ਕੰਮ ਦੋਵਾਂ ਦੀ ਡਿਊਟੀ ਲਾਈ ਸੀ, ਇੱਕ ਆਪਣੇ ਸਰ ਮਜੀਠਾ ਦੀ, ਉਹ ਵੀ ਮੁੰਡਾ ਪੜ੍ਹਿਆ ਲਿਖਿਆ, ਅਤੇ ਦੂਸਰੇ ਬਠਿੰਡਾ ਵੱਲੋਂ, ਇਹਨਾਂ ਦੀ ਡਿਊਟੀ ਲਾਈ ਸੀ। ਅਤੇ ਉਹ ਇਸ ਕਰਕੇ, ਉਹਨਾਂ ਨੂੰ ਪਤਾ ਸੀ ਉਹ ਹੁਣ ਟਰਾਈ ਕਰ ਰਹੇ ਆ ਔਨਲਾਈਨ ਆਉਣ ਵਾਸਤੇ, ਅਤੇ ਚਲੋ ਕੋਈ ਨਾ ਉਹਨਾਂ ਲੈ ਲੈਂਦੇ ਹਾਂ ਆਪਾਂ ਨਾਲ। ਅਤੇ ਕੋਈ ਸਵਾਲ ਜਵਾਬ ਜੇ ਉਹਨਾਂ ਨੇ ਵੀ ਕੋਈ ਕਰਨਾ ਹੋਊ, ਤੁਹਾਨੂੰ ਪੁੱਛ ਸਕਦੇ ਹੋ ਵੀ, ਅਤੇ ਤੁਸੀਂ ਆਪਣਾ ਸ਼ੁਰੂ ਰੱਖੋ। ਹਾਂਜੀ, ਸੰਧੂ ਸਾਹਿਬ ਕਿਹੜਾ ਗੀਤ ਸੀ ਜਿਹੜਾ ਅਖਬਾਰਾਂ ਨੇ ਛਾਪਣ ਤੋਂ ਇਨਕਾਰ ਹੀ ਕਰਤਾ, ਵਾਪਸ ਭੇਜ ਦਿੱਤਾ, ਉਹਦੇ ਬਾਰੇ ਮੈਨੂੰ ਬੜੀ ਉਤਸੁਕਤਾ ਹੈ। ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋ, ਸਾਡੇ ਪਾਠਕਾਂ ਨਾਲ ਜ਼ਰੂਰ ਸਾਂਝਾ ਕਰੋ। ਅੱਛਾ, ਉਹ ਮੈਨੂੰ, ਅੱਛਾ ਮੈਨੂੰ ਜਿਹੜੇ ਈਮੇਲ ਚ ਆਏ ਨੇ, ਆ ਤਿੰਨ ਗੀਤ ਆਏ ਨੇ, ਮੈਂ ਹੁਣ ਉਹੀ ਖੋਲਣ ਲੱਗਾ। ਮੈਂ ਆਪਣਾ ਇਧਰੋਂ ਮੋਨੀਟਰ ਬੰਦ ਕਰ ਰਿਹਾ ਤਾਂ ਕਿ ਮੈਂ ਲਾਈਵ ਮੋਨੀਟਰ ਕਰ ਲਵਾਂ, ਤੇ ਮੈਂ ਹੁਣ ਦੂਸਰੇ ਆਪਣੇ ਕੰਪਿਊਟਰ ਤੇ, ਮੈਨੂੰ ਈਮੇਲ ਚ ਮੈਂ ਦੇਖਿਆ ਕਿ ਤਿੰਨ ਗੀਤ ਹੈਗੇ ਨੇ, ਉਹ ਮੈਂ ਖੋਲਦਾ। ਤੁਸੀਂ ਇਨ ਦਾ ਮੀਨ ਟਾਈਮ ਕੋਈ ਦੂਸਰਾ ਸ਼ੇਅਰ ਕਰ ਲਓ, ਉਹ ਮੈਂ ਖੋਲ ਲੈਂਦਾ ਫਿਰ ਇਧਰੋਂ ਉਹ ਜਿਹੜੇ ਤੁਸੀਂ। ਅੱਛਾ ਅੱਛਾ, ਠੀਕ ਹੈ ਠੀਕ ਹੈ। ਸਭ ਤੋਂ ਸੋਹਣਾ ਗਾ ਲੈਂਦੇ ਹੋ।
ਹਾਂਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਜੀ ਬਹੁਤ ਅੱਛੇ ਵੈਰੀ ਗੁੱਡ ਬਹੁਤ ਵਧੀਆ ਜੀ ਬਹੁਤ ਅੱਛੇ ਬਹੁਤ ਅੱਛਾ ਜੀ ਮੱਲੀ ਸਾਹਿਬ ਆਵਾਜ਼ ਠੀਕ ਆ ਰਹੀ ਹੈ ਤੁਹਾਨੂੰ ਆ ਸੰਧੂ ਸਾਹਿਬ ਨੇ ਜਿਹੜਾ ਗੀਤ ਗਾ ਕੇ ਸੁਣਾਇਆ ਤੁਹਾਨੂੰ ਸੁਣਾਈ ਦਿੱਤਾ ਠੀਕ ਤੇ ਆਵਾਜ਼ ਕੁਛ ਉਹਨਾਂ ਦੀ ਧੀਮੀ ਸੀ ਤੁਹਾਨੂੰ ਮੈਂ ਤੇ ਖੋਲ ਕੇ ਬੈਠਾ ਮੈਨੂੰ ਉਹਨਾਂ ਨੇ ਤਿੰਨ ਚੀਜ਼ਾਂ ਭੇਜੀਆਂ ਸੀ ਮੈਨੂੰ ਤਿੰਨ ਆਲਬਮਾਂ ਭੇਜੀਆਂ ਸੀ ਜਿਹਨਾਂ ਵਿੱਚ ਇੱਕ ਇਹ ਗੀਤ ਵੀ ਸੀਗਾ ਮੈਂ ਤੇ ਹੁਣ ਖੋਲ ਲਿਆ ਆਪਣੇ ਕੰਪਿਊਟਰ ਦੇ ਸਾਹਮਣੇ ਤੇ ਬਹੁਤ 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 ਵਧੀਆ ਗੀਤ ਹੈ ਔਰ ਸੰਧੂ ਸਾਹਿਬ ਦਾ ਗਾ ਵੀ ਬੜੀ ਬਹੁਤ ਵਧੀਆ ਤਰੀਕੇ ਨਾਲ ਸਾਡਾ ਤੇ ਹੁਣ ਬੋਲ ਹੀ ਭਾਰਾ ਹੋ ਗਿਆ ਕਿਸੇ ਜ਼ਮਾਨੇ 'ਚ ਅਸੀਂ ਵੀ ਗਾ ਲੈਂਦੇ ਹੁੰਦੇ ਸੀ ਗਿਆਰਵੀਂ ਤੋਂ ਪਹਿਲਾਂ ਪਹਿਲਾਂ ਥੋੜ੍ਹਾ ਬਹੁਤਾ ਤੇ ਹੁਣ ਉੱਦਾਂ ਦਾ ਗਾਉਣ ਵਾਲਾ ਨਹੀਂ ਹੈ ਪਰ ਇਹਨਾਂ ਦੀ ਆਵਾਜ਼ ਵੀ ਅੱਛੀ ਹੈ ਸੰਧੂ ਸਾਹਿਬ ਦੀ ਆਵਾਜ਼ ਵੀ ਵਧੀਆ ਹੈ ਬਹੁਤ ਸੋਹਣੇ ਤਰੀਕੇ ਨਾਲ ਗਾਇਆ ਇਹ ਤੇ ਬਹੁਤ ਮੈਂ ਪੜ੍ਹਿਆ ਸੀ ਜੀ ਕੱਲ੍ਹ ਇੱਕ ਵਾਰੀ ਹੁਣ ਮੈਂ ਖੋਲ ਕੇ ਬੈਠਾ ਸਾਹਮਣੇ ਤੇ ਪੰਜਾਬ ਦੇ ਕਾਲੇ ਦੌਰ ਦੀ ਕਹਾਣੀ ਹਾਂਜੀ ਜੇ ਤੁਹਾਨੂੰ ਪੂਰੀ ਤਰ੍ਹਾਂ ਨਹੀਂ ਸਮਝ ਆਇਆ ਸੁਣ ਮਹਿਲਾਂ ਵਾਲਿਆ ਦਿਲ ਦਿਆ ਕਾਲਿਆ ਦੇਖ ਦਿਨੇ ਪੈ ਗਿਆ ਹਨੇਰ ਲਾਸ਼ਾਂ ਦੇ ਸਿਰਹਾਣੇ ਬਹਿ ਕੇ ਰਾਤਾਂ ਅਸੀਂ ਕੱਟਦੇ ਬੈਣਾ ਨਾਲ ਚੜ੍ਹਦੀ ਸਵੇਰ ਦੇਖ ਤੇਰੇ ਪਹਿਰੇਦਾਰਾਂ ਸੀਤੇ ਬੁੱਲ ਤੋਤਲੇ ਵੇ ਦੱਸਦੇ ਨੇ ਹੋਈ ਕੀ ਖਤਾ ਫੜ ਕੇ ਪਰਿੰਦਿਆਂ ਨੂੰ ਸਾੜ ਦਿੰਦੇ ਆਲਣੇ ਵੇ ਵੋਟਾਂ ਤਾਂ ਹੀ ਮਿਲਦੀ ਸਜ਼ਾ ਚਾਈ ਚਾਈ ਚੋਗਾ ਲੈਣ ਮਾਰਦੇ ਉਡਾਰੀ ਜੋ ਮੁੜ ਕੇ ਨਾ ਆਉਂਦੇ ਘਰੀ ਫੇਰ ਅੰਨਾ ਹੈ ਕਾਨੂੰਨ ਤੇਰਾ ਦਿੰਦੇ ਨੇ ਦੁਹਾਈ ਲੋਕ ਖੇਤ ਨੂੰ ਨਿਗਲ ਰਹੀ ਵਾੜ ਸੱਥਾਂ ਵਿੱਚ ਕੋਈਆਂ ਜਾਣ ਨਿੱਤ ਹੀ ਜਵਾਨੀਆਂ ਲਹੂ ਨਾਲ ਭਰ ਗਏ ਸਿਆੜ ਕਿਆ ਬਾਤ ਹੈ ਮਹਿੰਦੀ ਰੰਗੇ ਹੱਥ ਅੱਗ ਸਿਵਿਆਂ ਦੀ ਸੇਕ ਦੇ ਲਾਸ਼ਾਂ ਦੇ ਨੇ ਲੱਗੇ ਹੋਏ ਢੇਰ ਮਹਿੰਦੀ ਰੰਗੇ ਹੱਥ ਅੱਗ ਸਿਵਿਆਂ ਦੀ ਸੇਕ ਦੇ ਲਾਸ਼ਾਂ ਦੇ ਨੇ ਲੱਗੇ ਹੋਏ ਢੇਰ ਧਾਗੇ ਟੁੱਟੇ ਰੱਖੜੀ ਦੇ ਧਾਗੇ ਟੁੱਟੇ ਰੱਖੜੀ ਦੇ ਗੁੰਮ ਗਏ ਕਲੀਰੇ ਕਿਤੇ ਭੁੱਲ ਗਏ ਘੋੜੀਆਂ ਸੁਹਾਗ ਝਾਂਜੜਾਂ ਦੇ ਬੋਰ ਟੁੱਟੇ ਰੁੱਸ ਗਈਆਂ ਬੋਲੀਆਂ ਵੈਣਾ ਵਾਲਾ ਜਾ ਦੇਖੋ ਰਾਗ ਨੈਣ ਪਥਰਾਏ ਹੁਣ ਚੰਨ ਦੀ ਉਡੀਕ ਵਿੱਚ ਮੁੱਕਦਾ ਨਹੀਂ ਮੱਸਿਆਂ ਦਾ ਨਿਹਰ ਕਿਆ ਬਾਤ ਹੈ ਮੁੱਕਦਾ ਨਹੀਂ ਮੱਸਿਆਂ ਦਾ ਨਿਹਰ ਤੇਰੇ ਕੌੜੇ ਬੋਲਾਂ ਦੇ ਨਿਸ਼ਾਨ ਸਾਡੇ ਪਿੰਡਿਆਂ ਤੇ ਇੱਕੋ ਗੱਲ ਰਹੇ ਸਮਝਾ ਖੁੱਲੀਆਂ ਉਡਾਣਾਂ ਲਈ ਪੈਣੇ ਮੁੱਲ ਤਾਰ ਨੇ ਸਮੇਂ ਸਾਨੂੰ ਦਿੱਤਾ ਇਹ ਸਿਖਾ ਸਾਡੀ ਇਹ ਕਲਮ ਕਦੇ ਲਿਖੇਗੀ ਨਸੀਬ ਤੇਰੇ ਆਉਣੀ ਸੰਧੂ ਲੋਕਾਂ ਦੀ ਸਵੇਰੇ ਸੰਧੂ ਸਾਹਿਬ ਮੇਰਾ ਤਾਂ ਪੜ੍ਹਦੇ ਦੇ ਬੋਲ ਭਰ ਗਿਆ ਜਿੱਦਾਂ ਦਿਲ ਭਰ ਗਿਆ ਬਹੁਤ ਵਧੀਆ ਬੋਲ ਲਿਖੇ ਨੇ ਬਹੁਤ ਕਮਾਲ ਦੀ ਰਚਨਾ ਹੈ ਹਾਂਜੀ ਬਹੁਤ ਵਧੀਆ ਔਰ ਤੁਸੀਂ ਨਿਭਾਏ ਵੀ ਬਹੁਤ ਕਮਾਲ ਦੇ ਤਰੀਕੇ ਨਾਲ ਤੁਸੀਂ ਤਾਂ ਗੀਤ ਵੀ ਵਧੀਆ ਗਾ ਲੈਂਦੇ ਹੋ ਮੈਨੂੰ ਇਸ ਗੱਲ ਦੀ ਨਹੀਂ ਸੀ ਅੱਗੇ ਪਤਾ ਤੇ ਹੁਣ ਤੁਹਾਨੂੰ ਤੁਹਾਡਾ ਕੈਮਰਾ ਚੱਲ ਪੈਣਾ ਤੇ ਤੁਹਾਨੂੰ ਅਸੀਂ ਜਿਹੜੀ ਸਾਡੀ ਸੰਡੇ ਮਹਿਫਲ ਹੁੰਦੀ ਹੈ ਉਹਦੇ 'ਚ ਫਿਰ ਤੁਹਾਨੂੰ ਲਾਈਵ ਹੀ ਸ਼ਾਮਿਲ ਕਰਨਾ ਕਰਾਂਗੇ ਅੱਛਾ ਜੀ ਹਾਂਜੀ ਹੁਣ ਹੁਣ ਆਪਣੀ ਕੋਈ ਹੋਰ ਰਚਨਾ ਸਾਡੇ ਨਾਲ ਸਾਂਝੀ ਕਰੋ ਇੱਕ ਤਾਂ ਇਹ ਇਹ ਰਚਨਾ ਤੁਹਾਡੀ ਉਹ ਸੀਗੀ ਜਿਹਦੇ ਕਰਕੇ ਤੁਹਾਨੂੰ ਧਮਕੀਆਂ ਦਿੱਤੀਆਂ ਕਿ ਜਾਂ ਜਿਹੜੀ ਛਾਪੜ ਤੋਂ ਕੁਛ ਲੋਕਾਂ ਨੇ ਕੁਛ ਅਖਬਾਰਾਂ ਵਾਲਿਆਂ ਨੇ ਹਾਂਜੀ ਅੱਛਾ ਇਹ ਜਿਹੜੀ ਸੀ ਇਹ ਵਾਪਸ ਭੇਜ ਦਿੱਤੀ ਸੀ ਇਹ ਸੱਚੀ ਗੱਲ ਹੈ ਤੇ ਉਹਨਾਂ ਨੂੰ ਇਹਦੇ ਚ ਕਿਹੜੀ ਤਕਲੀਫ ਹੋਈ ਇਹੋ ਜਿਹੀ ਕਿਉਂ ਵਾਪਸ ਭੇਜੀ ਉਹਨਾਂ ਨੇ ਇਹਦਾ ਮਤਲਬ ਛਾਪੜ ਤੋਂ ਵੀ ਡਰਦੇ ਦੱਸ
ਦੇਖੋ ਤੁਸੀਂ ਤੁਸੀਂ ਇਹਦੇ ਵਿੱਚ ਕਿਸੇ ਇੱਕ ਧਿਰ ਦੇ ਉੱਤੇ ਸਿੱਧਾ ਵਿਅੰਗ ਨਹੀਂ ਕੀਤਾ, ਕਿਸੇ ਇੱਕ ਧਿਰ ਨੂੰ ਮਾੜਾ ਨਹੀਂ ਤੁਸੀਂ ਕਿਹਾ, ਉਹ ਸਾਫ਼ ਨਹੀਂ ਲਿਖਿਆ ਇਹਦੇ ਚ। ਇਹ ਗੱਲ ਦੋਹਾਂ ਧਿਰਾਂ ਤੇ ਲਾਗੂ ਹੋ ਸਕਦੀ, ਕਿਸੇ ਤੇ ਵੀ ਹੋ ਸਕਦੀ ਆ। ਜੇ ਜੇ ਨਾ ਇਹਦੇ ਚ ਸਿੱਧੀ ਸਰਕਾਰ ਤੇ, ਮੇਰੀਆਂ ਤਾਂ ਬਹੁਤ ਸਾਰੀਆਂ ਰਚਨਾਵਾਂ ਇੱਦਾਂ ਵੀ ਜਿੱਥੇ ਜਿਹੜੇ ਮੈਂ ਸਿੱਧਾ ਸਰਕਾਰ ਨੂੰ ਹੀ ਠੋਕਿਆ, ਕਈ ਇੱਦਾਂ ਨਹੀਂ ਵੀ ਹੈਗੀਆਂ ਜਿਹੜਾ ਜਿਹਦੇ ਵਿੱਚ ਖਾੜਕੂਆਂ ਨੂੰ, ਜਿਹੜੇ ਖਾੜਕੂ ਕਹਾਉਂਦੇ ਸੀ ਲੇਕਿਨ ਅੱਤਵਾਦੀ ਸੀ, ਉਹ ਲੁੱਚੇ ਮਛੰਡੇ ਵਿੱਚ ਬਹੁਤ ਸਾਰੇ ਵੜ ਜਾਂਦੇ ਆ ਲਹਿਰਾਂ 'ਚ ਆ ਕੇ, ਰਾਈਟ। ਹੁਣ ਕਿਹੜੇ ਹੈ ਨਹੀਂ, ਅਜੇ ਵੀ ਹੈਗੇ ਆ। ਹੁਣ ਅਮਰੀਕਾ ਕਨੇਡਾ 'ਚ ਇੱਥੇ ਬਥੇਰੇ ਬੜੇ ਹੋਏ, ਇੱਥੇ ਇਹ ਕੰਮ ਕਰਦੇ ਆ, ਬੜੇ ਮਸੰਦ ਬੈਠੇ ਇੱਥੇ ਗੁਰਦੁਆਰੇ ਗੋਲਕੰਡ ਕਬਜ਼ਾ ਕਰਕੇ, ਨਾਰਾ ਖਾਲਿਸਤਾਨ ਦਾ ਹੀ ਲਾਉਂਦੇ ਹੋ, ਮੈਂ ਉਹਨਾਂ ਦੀ ਬਥੇਰੀ ਛੱਲ ਲਾਉਣਾ, ਆਪਾਂ ਮੈਂ ਨਹੀਂ ਪਰਵਾਹ ਕਰਦੇ। ਪਰ ਲਿਖ ਦਾ ਧਰਮ ਹੁੰਦਾ ਇਹ ਸੱਚੀ ਗੱਲ ਕਰਨੀ, ਚਾਹੇ ਕੋਈ ਵੀ ਹੋਵੇ ਮੋਹਰੇ, ਰਾਈਟ। ਅਤੇ ਬਹੁਤ ਵਧੀਆ ਰਚਨਾ ਤੁਹਾਡੀ, ਮੈਨੂੰ ਬੜੀ ਪਸੰਦ ਆਈ ਜੀ। ਅਤੇ ਹੁਣ ਸਾਡੇ ਨਾਲ ਆਪਣੀਆਂ ਹੋਰ ਇੱਕ ਦੋ ਰਚਨਾਵਾਂ ਸਾਂਝੀਆਂ ਕਰੋ, ਅਤੇ ਫਿਰ ਉਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਇਸ ਗੱਲ ਨੂੰ ਅੱਗੇ ਤੋਰਦੇ ਹਾਂ। ਥੋੜ੍ਹੀ ਵੱਖਰੀ ਬਣਗੀ ਹੁਣ ਲੈ ਕੇ ਆਓ, ਤਾਂ ਹੋਰ ਉਸ ਬੁੱਕ ਦੇ ਵਿੱਚ ਜਿਹੜੀ ਤੁਹਾਡੀ ਆ ਮੈਨੂੰ ਭੇਜੀ ਕਿਤਾਬ, ਇਹਦੇ 'ਚ ਇਸ ਟਾਈਪ ਦੀਆਂ ਰਚਨਾਵਾਂ ਤੋਂ ਇਲਾਵਾ ਹੋਰ ਕਿਸ ਕਿਸ ਕਿਸਮ ਦੀਆਂ ਉਹਦੇ 'ਚ ਰਚਨਾਵਾਂ ਨੇ? ਉਹ ਮਿਕਸ ਰਚਨਾਵਾਂ ਨੇ ਜਾਂ ਸਾਰੀਆਂ ਹੀ ਇੱਕੋ ਹੀ ਕਿਸਮ ਦੀਆਂ ਨੇ? ਹਾਂਜੀ ਹਾਂਜੀ, ਇਸ ਵਿਸ਼ੇ ਇੱਕ ਤਾਂ ਇਸ ਵਿਸ਼ੇ ਤੇ ਕਰ ਦਿਓ ਨਾ ਹੋਰ। ਹਾਂਜੀ ਵੈਰੀ ਗੁੱਡ। ਬਹੁਤ ਅੱਛੇ। ਬਹੁਤ ਅੱਛਾ ਜੀ, ਹਾਂਜੀ ਬਹੁਤ ਅੱਛੇ। ਬਹੁਤ ਅੱਛੇ ਜੀ, ਬਹੁਤ ਅੱਛੇ, ਵੈਰੀ ਗੁੱਡ, ਵੈਰੀ ਨਾਈਸ, ਬਹੁਤ ਅੱਛੇ ਸੰਧੂ ਸਾਹਿਬ, ਕਮਾਲ ਕਰਕੇ ਸਰ ਤੁਸੀਂ ਤਾਂ, ਤੁਹਾਡੀ ਤਾਂ ਆਵਾਜ਼ ਵੀ ਬੜੀ ਪਿਆਰੀ ਹੈ। ਅਤੇ ਚਲੋ ਅਗਲੀ ਵਾਰੀ ਜਦੋਂ ਹੁਣ ਤੁਹਾਡਾ ਕੈਮਰਾ ਚੱਲ ਪੈਣਾ ਨਾ, ਤਾਂ ਫਿਰ ਮਜ਼ਾ ਆਏਗਾ ਜ਼ਿਆਦਾ, ਅਤੇ ਤੁਹਾਡੇ ਕੋਲ ਹੁਣ ਸੁਣਿਆ ਕਰਾਂਗੇ। ਅੱਛਾ, ਇਹ ਹੁਣ ਤੁਸੀਂ ਸਾਨੂੰ, ਤੁਸੀਂ ਕਿਹਾ ਕਿ 5 ਵਿਸ਼ੇ ਤੁਸੀਂ ਚੁਣੇ ਨੇ ਟੋਟਲ, ਅਤੇ ਹਾਂਜੀ, ਅਤੇ ਸਾਨੂੰ ਦੂਸਰੇ
ਕੁਛ ਵਿਸ਼ਿਆਂ ਤੇ ਵੀ ਸੁਣਾਓ, ਜਿਹੜੇ ਹੋਰ ਚਾਰ ਵਿਸ਼ੇ ਤੁਹਾਡੇ ਹੋਰ ਨੇ ਨਾ, ਉਹਨਾਂ ਵਿੱਚੋਂ ਇੱਕ ਇੱਕ ਦੋ ਦੋ ਬਣ ਗਈਆਂ ਸਾਡੇ ਨਾਲ ਸਾਂਝੀਆਂ ਕਰੋ। ਜਦੋਂ ਮੇਰੇ ਕੋਲ ਕਿਤਾਬ ਆ ਜਾਣੀ, ਮੈਂ ਕਿਹਾ ਨੈਕਸਟ ਵੀਕ ਤੇ ਆ ਜਾਏਗੀ ਮੇਰੇ ਕੋਲ, ਤੁਸੀਂ ਦੋ ਤਿੰਨ ਦਿਨ ਹੋਗਾ ਜਦੋਂ ਤੁਸੀਂ ਭੇਜੀ ਆ, ਤੇ ਹਾਂਜੀ ਅਗਲੀ ਵਾਰੀ ਫਿਰ ਮੇਰੇ ਕੋਲ ਸਾਹਮਣੇ ਕਿਤਾਬ ਵੀ ਪਈ ਹੋਏਗੀ ਤੇ ਫਿਰ ਆਪਾਂ ਤੁਹਾਨੂੰ ਲਾਈਵ ਵੀ ਲੈ ਆਵਾਂਗੇ ਸਾਹਮਣੇ, ਤੇ ਹੋਰ ਸਾਡੇ ਨਾਲ ਸਾਂਝੀਆਂ ਕਰੋ ਇੱਕ ਇੱਕ ਦੋ ਦੋ ਰਚਨਾਵਾਂ ਉਹਨਾਂ ਵਿਸ਼ਿਆਂ ਦੇ ਵਿੱਚੋਂ ਵੀ। ਮੈਂ ਕਿਤੇ ਬੋਲ ਪੜ੍ਹੇ ਆ ਸੰਧੂ ਸਾਹਿਬ, ਮੈਂ ਇਹ ਲੱਗਦਾ ਕਿਤੇ ਫੇਸਬੁੱਕ ਤੇ ਲਾਏ ਹੋਣਗੇ ਸ਼ਾਇਦ ਤੁਸੀਂ ਯਾਦ। ਹਾਂ ਮੈਂ ਪੜ੍ਹਿਆ ਬੋਲ ਇਹ ਤੁਹਾਡੇ, ਹਾਂਜੀ ਮੈਨੂੰ ਚੇਤਾ ਆ ਗਿਆ। ਹਾਂਜੀ ਤੁਹਾਨੂੰ ਆਵਾਜ਼ ਨਹੀਂ ਆ ਰਹੀ? ਤੁਹਾਡੇ ਪਹਿਲਾਂ ਤੁਹਾਨੂੰ ਆ ਰਹੀ ਸੀ ਆਵਾਜ਼, ਉਹ ਮੱਲੀ ਸਾਹਿਬ ਕਹਿੰਦੇ ਮੈਨੂੰ ਆਵਾਜ਼ ਨਹੀਂ ਆ ਰਹੀ, ਪਹਿਲਾਂ ਤਾਂ ਤੁਹਾਨੂੰ ਆਵਾਜ਼ ਆ ਰਹੀ ਸੀ ਤੁਹਾਡੇ। ਆਪਣਾ ਵੋਲੀਅਮ ਪੂਰਾ ਕਰੋ ਨਾ, ਵੋਲੀਅਮ ਥੋੜ੍ਹਾ ਘੱਟ ਹੋਣਾ। ਇੱਕ ਮਿੰਟ ਮੈਂ ਮੋਨੀਟਰ ਕਰ ਲੈਣਾ, ਇੱਧਰ ਮੈਂ ਵੀ ਦੇਖ ਲੈਣਾ ਇੱਕ ਮਿੰਟ। ਸਪੀਕਰ ਤਾਂ ਮੈਂ ਵੱਧ ਤੋਂ ਵੱਧ ਉੱਚਾ ਕੀਤਾ, ਪਹਿਲਾਂ ਤੁਹਾਨੂੰ ਆ ਰਹੀ ਸੀ ਤੁਹਾਡੇ। ਠੀਕ ਆ ਰਹੀ ਜੀ ਮੇਰੇ, ਮੈਂ ਮੋਨੀਟਰ ਕਰ ਰਿਹਾ ਉੱਧਰ, ਦੇਖੋ ਮੇਰਾ ਸਪੀਕਰ ਬਹੁਤ ਅੱਛੇ ਜੀ, ਬਹੁਤ ਅੱਛੇ ਮਨੋਜ ਸਾਹਿਬ, ਬਹੁਤ ਵਧੀਆ। ਠੀਕ ਚੱਲ ਰਿਹਾ, ਮੈਂ ਮੋਨੀਟਰ ਕਰ ਰਿਹਾ ਸੀ, ਦੂਸਰੇ ਪਾਸੇ ਵੀ ਮੈਂ ਕਰ ਲਿਆ।
ਦੋ ਤਿੰਨ ਪਾਸੇ ਮੈਂ ਕਰ ਲਿਆ ਠੀਕ ਠੀਕ ਹੈ ਆਵਾਜ਼ ਤਾਂ ਮਲੀ ਸਾਹਿਬ ਬੱਲੀ ਸਾਹਿਬ ਤੁਹਾਡੇ ਮੈਨੂੰ ਲੱਗਦਾ ਸਿਸਟਮ ਦੇ ਵਿੱਚ ਅਜੇ ਪ੍ਰੋਬਲਮ ਹੈਗੀ ਤੁਸੀਂ ਨਵਾਂ ਨਵਾਂ ਇੰਸਟਾਲ ਕੀਤਾ ਇਧਰੇ ਕੋਈ ਤੁਹਾਡੇ ਲਈ ਸਮੱਸਿਆ ਹੈਗੀ ਆ ਇਹ ਹਾਂਜੀ ਸਰ ਸੰਧੂ ਸਾਹਿਬ ਤੁਸੀਂ ਕੱਟ ਤਾਂ ਨਹੀਂ ਗਏ ਇੱਧਰੋਂ ਤੁਹਾਡਾ ਕਨੈਕਸ਼ਨ ਤਾਂ ਨਹੀਂ ਕੱਟਿਆ ਗਿਆ ਨਹੀਂ ਨਹੀਂ ਠੀਕ ਹੈ ਅੱਛਾ ਉਹ ਮੱਲੂ ਸਾਹਿਬ ਦਾ ਹੀ ਕੱਟ ਰਿਹਾ ਕਨੈਕਸ਼ਨ ਉਹਨੇ ਨਵਾਂ ਨਵਾਂ ਕੈਮਰਾ ਇੰਸਟਾਲ ਕੀਤਾ ਅਜੇ ਕੱਲ੍ਹ ਹੀ ਕੀਤਾ ਉਹਨਾਂ ਨੇ ਮੇਰਾ ਖਿਆਲ ਉਹਨਾਂ ਨੂੰ ਸਮੱਸਿਆ ਆ ਰਹੀ ਆ ਤੇ ਮੇਰਾ ਆਪਣਾ ਠੀਕ ਹੀ ਚੱਲ ਰਿਹਾ ਹੈ ਤੁਸੀਂ ਆਪਣੀ ਨਵੀਂ ਬਣ ਗਈ ਕੋਈ ਸ਼ੁਰੂ ਕਰੋ ਹਾਂਜੀ ਹਾਂਜੀ ਥੋੜਾ ਉੱਚੀ ਬੋਲਿਓ ਤਾਂ ਵੈਸੇ ਮੈਂ ਮੰਦੀ ਸਾਹਿਬ ਦੀ ਸ਼ੱਕ ਕੱਢ ਵੀ ਦਿਆਂਗਾ ਤੁਸੀਂ ਤੁਸੀਂ ਸ਼ੁਰੂ ਕਰ ਦਿਓ ਹਾਂਜੀ ਬਹੁਤ ਅੱਛੇ ਬਹੁਤ ਅੱਛਾ ਉਜੜੇ
ਬਹੁਤ ਅੱਛੇ ਜੀ, ਬਹੁਤ ਅੱਛੇ ਸੰਧੂ ਸਾਹਿਬ, ਬਹੁਤ ਵਧੀਆ। ਅੱਛਾ ਮੱਲੀ ਸਾਹਿਬ, ਤੁਸੀਂ ਸੰਧੂ ਸਾਹਿਬ ਨੂੰ ਕੋਈ ਸਵਾਲ ਜੇ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੈ, ਕਿਉਂਕਿ ਮੇਰਾ ਖਿਆਲ ਆਵਾਜ਼ ਤਾਂ ਠੀਕ ਆ ਰਹੀ ਹੈ, ਤੁਹਾਡੇ ਇੱਧਰ ਹੀ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ, ਸਾਨੂੰ ਤੁਹਾਡੀ ਆਵਾਜ਼ ਠੀਕ ਸੁਣ ਰਹੀ ਆ। ਮੈਂ ਆਪਣੇ ਆਲੇ ਦੁਆਲੇ ਦੂਸਰੇ ਜਿਹੜੇ ਤਿੰਨ ਕੰਪਿਊਟਰ ਮੇਰੇ ਪਏ ਆ ਉਹਨਾਂ 'ਤੇ ਵੀ ਮੈਂ ਮੋਨੀਟਰ ਕਰ ਲਿਆ, ਆਵਾਜ਼ ਚੁੱਕ ਕੇ ਤਾਂ ਥੋੜ੍ਹੀ ਦੇਖ ਲਈ ਆ ਆਵਾਜ਼ ਠੀਕ ਹੈ, ਅਤੇ ਤੁਸੀਂ ਕੈਮਰਾ ਨਵਾਂ ਨਵਾਂ ਇੰਸਟਾਲ ਕੀਤਾ, ਮੇਰਾ ਖਿਆਲ ਇਹਦਾ ਕੋਈ ਵੋਲੀਅਮ ਵਗੈਰਾ ਸੈੱਟ ਕਰਨ ਵਾਲਾ ਹੋਣਾ। ਮੱਲੀ ਸਾਹਿਬ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਕਿ ਨਹੀਂ? ਬਠਿੰਡਾ ਤੋਂ ਇਹ ਮੁੰਡਾ ਵੀ ਸੋਹਣਾ ਲਿਖਦਾ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ। ਪਿਛਲੀ ਵਾਰੀ ਜਿਹੜਾ ਆਪਣੇ ਵੀਡੀਓ ਕੰਪੀਟੀਸ਼ਨ ਹੋਇਆ ਸੀ ਉਹਦੇ ਵਿੱਚ ਇਹਦਾ ਦੂਸਰਾ ਸਥਾਨ ਸੀ। ਇਹ ਉਹੀ ਮੁੰਡਾ ਹੈ ਜੀ ਜਿਹਨਾਂ ਨੂੰ ਤੁਸੀਂ ਪਿਛਲੀ ਵਾਰੀ ਗ੍ਰੇਡਿੰਗ ਇਹਨਾਂ ਦੀ ਕੀਤੀ ਸੀ ਨਾ? ਹਾਂਜੀ, ਇਹ ਉਹੀ ਮੁੰਡਾ ਹੈਗਾ, ਇਹ ਦੂਸਰੇ ਨੰਬਰ 'ਤੇ ਆਇਆ ਸੀ। ਪਹਿਲੇ ਨੰਬਰ 'ਤੇ ਅੰਮ੍ਰਿਤਸਰ ਤੋਂ ਰਾਹੁਲ ਸ਼ਰਮਾ ਆਇਆ ਸੀ, ਦੂਸਰੇ ਨੰਬਰ 'ਤੇ ਜਿਹੜਾ ਮੁੰਡਾ ਆਇਆ ਸੀ ਨਾਮ ਮੱਲੀ, ਇਹ ਉਹੀ ਉਹੀ ਹੈਗਾ ਇਹ ਲੜਕਾ ਬਠਿੰਡਾ ਤੋਂ, ਅਤੇ ਉਹਨੇ ਨਵਾਂ ਨਵਾਂ ਕੈਮਰਾ ਕੱਲ੍ਹ ਇੰਸਟਾਲ ਕੀਤਾ ਅਤੇ ਉਹਨੂੰ ਮੈਂ ਦੱਸਿਆ ਸੀ ਕਿ ਕੱਲ੍ਹ ਮੈਂ ਸੰਧੂ ਸਾਹਿਬ ਨੂੰ ਇੰਟਰਵਿਊ ਕਰਨਾ, ਉਹਨੂੰ ਵੀ ਬੜਾ ਚਾਅ ਸੀ। ਮੈਂ ਦੱਸਿਆ, ਮੈਂ ਕਿਹਾ ਇਹ ਉਹੀ ਸੰਧੂ ਸਾਹਿਬ ਨੇ ਜਿਹੜੇ, ਹੈਂ ਤੁਸੀਂ ਇੱਦਾਂ ਨਾ ਹੋਇਆ ਵੀ ਸੰਧੂ ਸਾਹਿਬ ਨੂੰ ਹੁਣ ਕੰਟੈਕਟ ਕਰਨਾ ਸ਼ੁਰੂ ਕਰ ਦਿਓ, ਸੰਧੂ ਸਾਹਿਬ ਐਤਕੀ ਸਾਨੂੰ ਨੰਬਰ ਜ਼ਿਆਦਾ ਦਿਓ ਤੁਹਾਡੇ। ਮੈਂ ਵੈਸੇ ਪਹਿਲਾਂ ਐਡਵਾਂਸ ਦੱਸਦਾ ਨਹੀਂ ਹੁੰਦਾ ਕਿਸੇ ਨੂੰ ਵੀ ਐਤਕੀ ਕਿਹੜੇ ਕਿਹੜੇ ਬੰਦੇ ਪੈਨਲ 'ਚ ਹੈਗੇ ਆ, ਕਹਿੰਦੇ ਉਹ ਐਸੀ ਕੋਈ ਗੱਲ ਨਹੀਂ ਕਿਉਂਕਿ ਇਹ ਬੜੇ ਹੰਢੇ ਹੋਏ ਲੋਕ ਨੇ, ਇਹ ਇੱਦਾਂ ਪੱਖਪਾਤ ਨਹੀਂ ਕਰਦੇ, ਇੱਦਾਂ ਦਾ ਸਾਨੂੰ ਕੋਈ ਫਿਕਰ ਨਹੀਂ ਇਸ ਗੱਲ ਬਾਰੇ। ਹਾਂਜੀ, ਤੁਸੀਂ ਕੋਈ ਸੰਧੂ ਸਾਹਿਬ ਨੂੰ ਸਵਾਲ ਕਰਨਾ ਚਾਹੁੰਦੇ ਹੋ ਕਰੋ ਜੀ। ਇਹਨਾਂ ਦੀ ਕਿਤਾਬ 'ਤੇ ਗੱਲਬਾਤ ਚੱਲ ਰਹੀ, ਜਿਹੜੀ ਇਹਨਾਂ ਦੀ ਨਵੀਂ ਕਿਤਾਬ ਆਈ ਨਾ ਸੰਧੂ ਸਾਹਿਬ ਦੀ, ਪੀੜਾਂ ਦੀ ਭੈੜ ਉਹਦਾ ਨਾਂ ਹੈ, ਉਹ ਥੋੜੇ ਮਹੀਨਿਆਂ ਦੇ ਵਿੱਚ ਉਹਦੀਆਂ ਉਹਦੀ ਤੀਜੀ ਐਡੀਸ਼ਨ ਹੋਣ ਆ ਰਹੀ ਹੈ। ਹਾਂਜੀ ਹਾਂਜੀ, ਹਾਂ ਸਵਾਲ ਤੁਹਾਡਾ ਕੀ ਹੈ ਮੱਲੀ ਸਾਹਿਬ? ਹਾਂਜੀ ਸਤਿ ਸ਼੍ਰੀ ਅਕਾਲ ਸਰ, ਸੰਧੂ ਸਾਹਿਬ ਤੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਹੈ ਵੀ ਕੁਛ ਸਾਨੂੰ ਸੰਧੂ ਸਾਹਿਬ ਦੇ ਬਚਪਨ ਦੇ ਚਾਨਣਾ ਪਾਉਣ ਜੀ, ਥੋੜਾ ਬਚਪਨ ਦੇ ਚਾਨਣਾ ਦਾ ਸੰਧੂ ਸਾਹਿਬ ਨੇ ਪਹਿਲਾਂ ਹੀ ਪਾਤਾ, ਤੁਸੀਂ ਆ ਹੀ ਲੇਟ ਆ ਸ਼ੁਰੂ ਹੋਇਆ ਜੀ ਉਹਨਾਂ ਦਾ ਲਿਖਣ ਦਾ, ਤੇ ਉਹ ਤਾਂ ਉਹਨਾਂ ਨੇ ਪਹਿਲਾਂ ਉਹ ਤਾਂ ਪਹਿਲਾਂ ਦੱਸ ਦਿੱਤਾ ਉਹਨਾਂ ਨੇ ਬਚਪਨ ਦੇ ਵਿੱਚ, ਬਚਪਨ ਤੋਂ ਹੀ ਗੱਲ ਸ਼ੁਰੂ ਹੋਈ ਸੀ ਸ਼ੁਰੂ ਜਦੋਂ ਇੰਟਰਵਿਊ ਹੋਈ ਹੈ ਨਾ, ਤੁਸੀਂ ਆ ਹੀ ਲੇਟ ਆ, ਉਹ ਤਾਂ ਹੁਣ ਤੁਸੀਂ ਲਾਈਵ ਸੁਣ ਲਿਓ ਨਾ ਉਹਨੂੰ, ਰਿਪੀਟ ਕਰਨ ਦਾ ਕੋਈ ਫਾਇਦਾ ਹੀ ਨਹੀਂ, ਉਹ ਤਾਂ ਬਾਅਦ 'ਚ ਆਪਣੀ ਵੀਡੀਓ ਨਾਲ ਰਿਕਾਰਡ ਵੀ ਹੋ ਰਹੀ ਆ, ਉਹ ਤੁਸੀਂ ਲਾਈਵ ਬਾਅਦ 'ਚ ਬੈਠ ਕੇ ਸੁਣ ਲਿਓ, ਉਹ ਤਾਂ ਗੱਲ ਤਾਂ ਦੱਸ ਗਿਆ ਯਾਰ। ਹਾਂ ਇਹ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ, ਤੁਹਾਡੇ ਸਵਾਲ ਨੂੰ ਮੈਂ ਥੋੜ੍ਹੀ ਜਿਹਾ ਘੁਮਾ ਦਿੰਦਾ, ਮੋਡੀਫਾਈ ਕਰ ਦਿੰਦਾ, ਤੁਸੀਂ ਬਚਪਨ ਦੀ ਗੱਲ ਕੀਤੀ ਸੰਧੂ ਸਾਹਿਬ, ਤੁਸੀਂ ਇਹ ਦੱਸੋ ਤੁਸੀਂ ਵੀ ਤੁਹਾਡੇ ਬਚਪਨ ਦੇ ਵਿੱਚ ਤੁਹਾਡੇ 'ਤੇ ਕਿਹਦਾ ਜ਼ਿਆਦਾ ਅਸਰ ਹੋਇਆ, ਕਿਉਂ ਤੁਸੀਂ ਲਿਖਣਾ ਸ਼ੁਰੂ ਕੀਤਾ, ਕਿਹਦੇ ਅਸਰ ਨਾਲ ਲਿਖਣਾ ਸ਼ੁਰੂ ਕੀਤਾ, ਕੀ ਤੁਹਾਨੂੰ ਇਹ ਬਚਪਨ 'ਚ ਕਿਸੇ ਦੀ ਵਜ੍ਹਾ ਕਰਕੇ ਚੇਤਕ ਲੱਗੀ ਸੀਗੀ ਲਿਖਣ ਦੀ, ਇਹ ਇਦਾਂ ਦਾ ਸਵਾਲ ਤੁਹਾਨੂੰ ਅਸੀਂ ਕਰ ਸਕਦੇ ਹਾਂ। ਅੱਛਾ ਜੀ, ਬਿਲਕੁਲ ਬਿਲਕੁਲ, ਆਪਣੇ ਟੀਚਰਾਂ ਦਾ ਅਸਰ ਤਾਂ ਹੁੰਦਾ ਹੀ ਹੈ ਨਾ ਸਕੂਲ 'ਚ, ਹੁਣ ਜਿਸ ਟਾਈਮ 'ਤੇ ਤੁਹਾਨੂੰ ਮਿਲਣੇ ਆ ਅਧਿਆਪਕ, ਅਤੇ ਜਿੱਦਾਂ ਦੇ ਉਹਨਾਂ ਦੇ ਵਿਚਾਰ ਆ, ਜਿੱਦਾਂ ਦੀ ਤੁਹਾਨੂੰ ਸੇਧ ਦੇਣੀ ਆ, ਕੁਦਰਤੀ ਗੱਲ ਹੈ ਉਹਦਾ ਅਸਰ ਤਾਂ ਹੁੰਦਾ ਹੀ ਹੈ ਨਾ, ਜਿੱਥੋਂ ਬਚਪਨ ਤੋਂ ਬੱਚਾ ਪੜ੍ਹਦਾ ਜੇ ਸਕੂਲ ਦੇ ਵਿੱਚ ਉਹਦਾ ਅਸਰ ਹੁੰਦਾ। ਮੈਂ ਵੀ ਪਹਿਲੀ ਕਹਾਣੀ ਮੈਂ ਲਿਖੀ ਆ, ਮੈਂ ਉਦੋਂ 8ਵੀਂ 'ਚ ਪੜ੍ਹਦਾ ਸੀ, ਸੋਚ ਕੇ ਮੈਂ ਸ਼ੁਰੂ ਕੀਤਾ, ਅਤੇ ਮੇਰਾ ਜਨਮ 50 ਦਾ, ਤੁਹਾਡਾ 52 ਦਾ, 50 ਸਾਲ ਦਾ ਹੀ ਫਰਕ ਹੈ ਸਾਰਾ। ਮੈਂ 8ਵੀਂ 'ਚ ਪਹਿਲੀ ਕਹਾਣੀ ਲਿਖੀ ਸੀ ਖਰਾ ਦੁੱਧ, ਉਹ ਬੜੀ ਪਸੰਦ ਆਈ ਉਹਨਾਂ ਨੂੰ, ਕਹਿੰਦੇ ਜੀ ਠੀਕ ਹੈ ਤੁਹਾਡੀ ਕਹਾਣੀ, ਅਤੇ ਤੁਸੀਂ ਕਹਾਣੀ ਲਿਖਣਾ ਸ਼ੁਰੂ ਕਰ ਦਿਓ, ਸਾਡੇ ਟੀਚਰ ਕਹਿੰਦੇ। ਉਹ ਤੋਂ ਬਾਅਦ ਮੈਂ ਹੌਲੀ ਹੌਲੀ ਕਹਾਣੀ ਲਿਖਣ ਵੱਲ ਨਹੀਂ ਹੋ ਗਿਆ, ਅਤੇ ਫਿਰ ਥੋੜ੍ਹਾ ਡੈਕਲਾਮੇਸ਼ਨ ਕੰਟੈਸਟਾਂ 'ਤੇ ਵੀ ਜਾਂਦੇ ਰਹੇ,
ਤੇ ਉਹਦੇ ਹੀ ਕਹਾਣੀ ਦੇ ਨਾਂ ਤੇ ਵੀ ਮੇਰੀ ਪਹਿਲਾ ਕਹਾਣੀ ਸੰਗ੍ਰਹਿ 1980 'ਚ ਛਪਿਆ ਸੀ ਖਰਾ ਦੁੱਧ। ਤੇ ਇਸ ਤਰ੍ਹਾਂ ਸ਼ੁਰੂਆਤ ਇਸ ਤਰ੍ਹਾਂ ਹੀ ਹੁੰਦੀ ਹੈ। ਅੱਛਾ, ਹੁਣ ਸਾਡੇ ਨਾਲ ਤੁਸੀਂ ਆਪਣੇ ਜਿਹੜੇ ਦੂਸਰੇ ਵਿਸ਼ਿਆਂ ਤੇ ਕੁਛ ਹੋਰ ਇਹਦੇ ਚ ਰਚਨਾਵਾਂ ਨੇ ਤੁਹਾਡੀ ਇਸ ਕਿਤਾਬ ਦੇ ਵਿੱਚ, ਤੇ ਉਹ ਵੀ ਸਾਡੇ ਪਾਠਕਾਂ ਨਾਲ ਸਾਂਝ ਪਾਓ ਜੀ। ਅੱਛਾ ਇੱਕ ਮਿੰਟ, ਮੈਂ ਉਹ ਮੈਂ ਸਮਝਿਆ ਕਿ ਤੁਸੀਂ ਹੁਣ ਇੱਧਰੋਂ ਸੁਣਨਾ ਸ਼ੁਰੂ ਕਰ ਦਿੱਤਾ, ਮੈਂ ਉਹਨੂੰ ਦੁਬਾਰਾ ਫਿਰ ਖੋਲ ਲੈਂਦਾ। ਹਾਂਜੀ, ਮੈਂ ਦੁਬਾਰਾ ਫਿਰ ਖੋਲ ਲੈਂਦਾ, ਉਦੋਂ ਮੈਂ ਉਹ ਦੂਸਰੇ ਕੰਪਿਊਟਰ ਤੇ ਮੈਂ ਇੱਥੇ ਖੋਲਿਆ ਸੀ ਇੱਕ ਆਪਣੇ ਤੇ, ਉਹ ਮੈਂ ਪੜ੍ਹਿਆ ਹੈਗਾ। ਮੇਰਾ ਖਿਆਲ ਇੱਦਾਂ ਦਾ ਕਿਉਂਕਿ ਮੇਰੇ ਵੀ ਦੇਖੋ ਕਵੀਆਂ ਦੇ ਕੋਲ ਵਿਚਾਰ ਉੱਦਾਂ ਦੇ ਦਿਮਾਗ 'ਚ ਆਉਂਦੇ ਆ। ਸ਼ਬਦਾਵਲੀ ਵੀ ਜਿਹੜੀ ਆਪਣੀ ਉਹ ਦੁਨੀਆਂ ਦੇ ਵਿੱਚ ਗਿਣਤੀ ਮਿਣਤੀ ਦੀ ਹੈਗੀ ਆ, ਉਹਨੂੰ ਹਰ ਕਵੀ ਹਰ ਲੇਖਕ ਹਰ ਗੀਤਕਾਰ ਆਪੋ ਆਪਣੇ ਢੰਗ ਦੇ ਨਾਲ ਉਹਦੀ ਮਾਲਾ ਭਰਾਉਂਦਾ। ਮੋਤੀ ਤੇ ਸਾਰੇ ਉਹੀ ਹੁੰਦੇ ਆ ਨਾ, ਉਹ ਆਪੋ ਆਪਣੇ ਤਰੀਕੇ ਨਾਲ ਅੱਗੇ ਪਿੱਛੇ ਕਰਕੇ ਤੇ ਉਹ ਉਹਨਾਂ ਵਿਚਾਰਾਂ ਨੂੰ ਸਾਹਮਣੇ ਲਿਆਉਂਦਾ ਪਬਲਿਕ ਦੇ। ਉਹਦੀ ਡਿਪਿਕਸ਼ਨ ਕਰਨ ਦਾ ਜਿਹੜਾ ਤਰੀਕਾ ਆ, ਡਿਪਿਕਟ ਹੀ ਕਰਦੇ ਆ ਨਾ ਆਪਾਂ ਕਿਸ ਚੀਜ਼ ਨੂੰ, ਉਹ ਆਪੋ ਆਪਣਾ ਢੰਗ ਸਾਰਿਆਂ ਦਾ ਆਪਾਂ ਬਣਾਉਂਦਾ। ਤੇ ਉਹ ਜਦੋਂ ਮੈਂ ਤੁਹਾਡੀ ਉਹ ਕਵਿਤਾ ਵੀ ਪੜ੍ਹੀ ਨਾ, ਉਹ ਦਾਦਾ ਮੈਂ ਤੇ ਮੇਰੇ ਦਿਮਾਗ 'ਚ ਵੀ ਆਪਣੀ ਇੱਕ ਫਿਰ ਮੇਰੇ ਦਿਮਾਗ 'ਚ ਆ ਗਈ ਵੀ ਮੈਂ ਵੀ ਇੱਕ ਇੱਦਾਂ ਦੀ ਲਿਖੀ ਸੀ ਜਿੱਦਾਂ ਜਿਹੜੀ ਤੁਸੀਂ ਪਹਿਲਾਂ ਸੁਣਾਈ ਆ, ਉਹ ਪੜ੍ਹ ਕੇ ਵੀ ਆਈ ਪਈ ਮੇਰੀਆਂ ਵੀ ਕੁਛ ਇੱਦਾਂ ਦੀਆਂ ਹੈਗੀਆਂ। ਕਹਿਣ ਬੇਸ਼ੱਕ ਉਹਨਾਂ ਦੀ ਲਿਖਣ ਦਾ ਢੰਗ ਤਰੀਕਾ ਜਾਂ ਹੋ ਰਿਹਾ ਉਹ ਤਾਂ ਸਾਰਿਆਂ ਦਾ ਆਪੋ ਆਪਣਾ ਹੀ ਹੋਣਾ ਨਾ, ਰਾਈਟ? ਤੇ ਪਰ ਵਿਚਾਰ ਜਿਹੜੇ ਆ ਜਾਂ ਜਿਹੜੇ ਸ਼ਬਦ ਆ ਉਹ ਤਕਰੀਬਨ ਆਪਣੇ ਰਲਦੇ ਮਿਲਦੇ ਹੁੰਦੇ। ਚਲੋ ਉਹ ਜਿਹੜੀ ਤੁਸੀਂ ਆ ਦੂਸਰੀ ਕਹਿੰਦੇ ਆ ਨਾ ਆ ਪਰਿੰਦਿਆਂ ਵਾਲੀ, ਤੇ ਉਹ ਤੁਸੀਂ ਸਾਡੇ ਪਾਠਕਾਂ ਨਾਲ ਹੁਣ ਸਾਂਝੀ ਕਰੋ ਤੇ ਮੈਂ ਆਪਣੇ ਆਪ ਇੱਧਰ ਆਪਣੇ ਸਾਹਮਣੇ ਰੱਖ ਕੇ ਤੁਹਾਨੂੰ ਦੇਖੀ ਜਾਣਾ। ਤੁਸੀਂ ਤੁਹਾਡੇ ਤੁਹਾਡੇ ਬੋਲ ਅਸੀਂ ਤੁਹਾਡੇ ਮੂੰਹੋਂ ਹੀ ਸੁਣਨਾ ਚਾਹੁੰਦੇ ਹਾਂ। ਹਾਂਜੀ ਵੈਰੀ ਗੁੱਡ। ਬਹੁਤ ਅੱਛਾ, ਵੈਰੀ ਗੁੱਡ। ਵੈਰੀ ਗੁੱਡ। ਵੈਰੀ ਗੁੱਡ, ਬਹੁਤ ਅੱਛੇ ਜੀ, ਬਹੁਤ ਅੱਛੇ। ਵੈਰੀ ਗੁੱਡ। ਇਹ ਸੰਧੂ ਸਾਹਿਬ, ਮੈਂ ਜਿਹੜੀ ਦੂਸਰੀ ਕਿਤਾਬ ਲਿਖੀ ਸੀ ਨਾ 1981 'ਚ ਮੇਰਾ ਕਹਾਣੀ ਸੰਗ੍ਰਹਿ ਇੱਕ ਆਇਆ ਸੀ, ਉਹਦਾ ਕਹਾਣੀ ਸੰਗ੍ਰਹਿ ਦਾ ਸਿਰਲੇਖ ਹੈ ਨਵਾਂ ਮਨੁੱਖ। ਉਹ ਜਿਹੜੀ ਨਵਾਂ ਮਨੁੱਖ ਦੇ ਵਿੱਚ ਜਿਹੜਾ ਕਨਸੈਪਟ ਹੈਗਾ ਉਹ ਸਾਰਾ ਆਹੀ ਕਨਸੈਪਟ ਹੈ ਜਿਹੜੀ ਤੁਹਾਡੀ ਕਿਤਾਬ ਦਾ। ਬੇਸ਼ੱਕ ਆਪਾਂ ਜ਼ਿੰਦਗੀ 'ਚ ਕਦੇ ਅੱਗੇ ਮਿਲੇ ਨਹੀਂ, 1977 ਤੋਂ ਲੈ ਕੇ 1981 ਤੱਕ ਮੈਂ ਜੀਵਨ ਸਾਂਝਾਂ ਦਾ ਐਡੀਟਰ ਵੀ ਰਿਹਾ, ਮੈਂ ਫੁੱਲ ਟਾਈਮ ਐਡੀਟਰੀ ਕੀਤੀ ਆ।
ਸਕੂਲਾਂ ਕਾਲਜਾਂ ਦੇ ਵਿੱਚ ਮੈਂ ਪੰਜਾਬ ਦਾ ਕੋਈ ਇਲਾਕਾ ਨਹੀਂ ਛੱਡਿਆ, ਲੇਕਿਨ ਸਕੂਲ ਕੁਛ ਕੁਛ ਜ਼ਰੂਰ ਬਚ ਗਿਆ। ਤੁਹਾਡੇ ਸਕੂਲ ਮੈਂ ਕਿਸੇ ਵਜ੍ਹਾ ਕਰਕੇ ਪਤਾ ਨਹੀਂ ਕਿਉਂ ਨਹੀਂ ਆ ਸਕਿਆ, ਨਹੀਂ ਤਾਂ ਆਪਣਾ ਜੀ ਉਦੋਂ ਮੇਲ ਹੋ ਜਾਂਦਾ, ਮੁਲਾਕਾਤ ਹੋ ਜਾਂਦੀ ਅਤੇ ਆਪਣੇ ਵਿਚਾਰ ਵੀ ਰਲ ਜਾਂਦੇ ਸੀ, ਕਿਉਂਕਿ ਉਹ ਮੇਰੀ ਜਿਹੜੀ ਕਹਾਣੀ ਹੈ ਜਿਹਦੇ ਨਾਂ 'ਤੇ ਮੈਂ ਕਹਾਣੀ ਸੰਗ੍ਰਹਿ ਦਾ ਹੀ ਨਾਂ ਰੱਖਿਆ ਨਵਾਂ ਮਨੁੱਖ, ਉਹਦੀ ਬਿਲਕੁਲ ਆਹੀ ਕਨਸੈਪਟ ਹੈਗਾ ਉਹਦੇ 'ਚ। ਮੱਲੀ ਸਾਹਿਬ ਜੇ ਤੁਹਾਨੂੰ ਪੂਰੀ ਤਰ੍ਹਾਂ ਆਵਾਜ਼ ਨਹੀਂ ਸੁਣੀ, ਕਿਉਂਕਿ ਇਹ ਗੀਤ ਸੰਧੂ ਸਾਹਿਬ ਨੇ ਤਿੰਨ ਮੈਨੂੰ ਰਚਨਾਵਾਂ ਭੇਜੀਆਂ ਸੀ ਈਮੇਲ ਕਰਕੇ, ਕੁਝ ਕੁ ਦਿਨ ਪਹਿਲਾਂ ਮੈਂ ਮੰਗੀਆਂ ਸੀ ਇਹਨਾਂ ਤੋਂ, ਇੱਕ ਤਾਂ ਇਹਨਾਂ ਨੇ ਪਹਿਲਾਂ ਸੁਣਾ ਦਿੱਤੀ, ਇੱਕ ਆ ਦੂਸਰੀ ਜਿਹੜੀ ਹੁਣ ਸੁਣਾਈ ਇਹ ਆ ਮੇਰੇ ਸਾਹਮਣੇ ਖੁੱਲ੍ਹੀ ਹੈ ਇਸ ਵੇਲੇ ਮੇਰੇ ਸਕਰੀਨ 'ਤੇ, ਮੈਂ ਤੁਹਾਡੇ ਨਾਲ ਦੁਬਾਰਾ ਸਾਂਝੀ ਕਰ ਦਿੰਦਾ ਜੇ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਚੰਗੀ ਤਰ੍ਹਾਂ ਨਾ ਸੁਣੀ ਹੋਊ, ਅਤੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਇਹਦੇ ਬਹੁਤ ਸਾਰੇ ਸੁਣ ਪੈਣ। ਹਾਂਜੀ ਮੈਂ ਪੜ੍ਹਦਾ। ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾ ਨੇ ਬਦਲੇ ਰਾਹ। ਤੁਹਾਨੂੰ ਹਜੇ ਵੀ ਨਹੀਂ ਆ ਰਹੀ, ਮੈਂ ਇੰਨੀ ਉੱਚੀ ਬੋਲ ਰਿਹਾ ਫਿਰ ਤੁਹਾਡੇ ਪ੍ਰੋਬਲਮ ਇੱਧਰ ਆ, ਹੁਣ ਤੇ ਮੈਂ ਬੋਲ ਰਿਹਾ ਜੇ ਹੁਣ ਵੀ ਤੁਹਾਨੂੰ ਆਵਾਜ਼ ਨਹੀਂ ਆ ਰਹੀ, ਇਹ ਕਿਉਂਕਿ ਹੁਣ ਮੈਂ ਤਾਂ ਬਿਲਕੁਲ ਹੁਣ ਮਾਈਕ ਦੇ ਸਾਹਮਣੇ ਬੈਠਾ ਨਾ, ਉਦੋਂ ਤਾਂ ਸਪੀਕਰ ਤੇ, ਉਹ ਤਾਂ ਸਪੀਕਰ ਤੇ ਸੀ, ਇੱਥੋਂ ਸਾਬਤ ਇਹ ਹੁੰਦਾ ਕਿ ਪ੍ਰੋਬਲਮ ਤੁਹਾਡੇ ਲਈ ਆ, ਫਿਰ ਤੁਹਾਨੂੰ ਆਪਣਾ ਸਪੀਕਰ ਸੈੱਟ ਕਰਨ ਦੀ ਲੋੜ ਹੈਗੀ ਆ। ਹਾਂਜੀ ਸੁਣਿਓ ਫਿਰ ਹੁਣ ਧਿਆਨ ਨਾਲ। ਹਾਂਜੀ ਤੁਸੀਂ ਲਾਈਵ ਜਿਹੜਾ ਬੰਦ ਕਰ ਦਿਓ, ਕਿਉਂਕਿ ਉਹਦੇ 'ਚ ਮੈਂ 10 ਮਿੰਟ ਦੀ ਡਿਲੇ ਰੱਖੀ ਹੋਇਆ, ਜਦੋਂ ਮੈਂ ਬ੍ਰੌਡਕਾਸਟ ਕਰਦਾ ਨਾ 10 ਮਿੰਟ ਦੀ ਡਿਲੇ ਰੱਖਣੀ ਪੈਂਦੀ ਆ ਸਾਰਿਆਂ ਨੂੰ ਹੀ ਜਿੰਨੇ ਵੀ ਟੈਲੀਕਾਸਟ ਕਰਦੇ ਆ ਬ੍ਰੌਡਕਾਸਟ, ਤਾਂ ਕਿ ਜੇ ਕੋਈ ਗਲਤ ਲਫ਼ਜ਼ ਬੋਲਿਆ ਜਾਵੇ ਫਿਰ ਉਹਦੀ ਕੰਡੀ ਨੱਪ ਦੇ ਦੀ ਅਸੀਂ, ਇਸ ਕਰਕੇ 10 ਸੈਕਿੰਡ ਦੀ ਡਿਲੇ ਆ। ਤੁਸੀਂ ਲਾਈਵ ਨਾ ਵਾਚ ਕਰੋ ਨਾਲ ਨਾਲ, ਤਾਂ ਨਹੀਂ ਤੁਹਾਨੂੰ ਪਤਾ ਲੱਗਾ ਹੋਣਾ, ਅਤੇ ਤੁਸੀਂ ਸੁਣੋ ਸਿੱਧਾ ਹੀ, ਤੁਸੀਂ ਸਿੱਧਾ ਵੀਡੀਓ 'ਤੇ ਹੀ ਸਾਡੇ ਨਾਲ ਲਾਈਵ ਬੈਠਿਆ ਇੱਥੇ ਹੀ ਸੁਣੋ ਡਾਇਰੈਕਟ ਹੀ, ਉਹ ਜਿਹੜਾ ਲਾਈਵ ਵਾਚ ਕਰ ਰਹੇ ਨਾਲ ਨਾਲ ਉਹਨੂੰ ਬੰਦ ਕਰ ਦਿਓ, ਬਾਅਦ 'ਚ ਸੁਣਿਓ। ਹਾਂਜੀ ਸੁਣੋ ਹੁਣ। ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾ ਨੇ ਬਦਲੇ ਰਾਹ, ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ। ਇੱਕੋ ਰੰਗ ਹੈ ਹਾਸੇ ਦਾ ਤੇ ਇੱਕੋ ਦਰਦ ਜੁਦਾਈ ਦਾ, ਸਭ ਦੇ ਹੰਝੂ ਇੱਕੋ ਰੰਗ ਦੇ, ਇੱਕੋ ਰੰਗ ਤਨਹਾਈ ਦਾ, ਮਾਂ ਦੀ ਲੋਰੀ ਇੱਕੋ ਜਿਹੀ, ਨਹੀਂ ਉਹ ਵੱਖਰਾ ਬਾਪੂ ਦਾ ਚਾਅ, ਫੁੱਲਾਂ ਦੀ ਖੁਸ਼ਬੋਈ ਇੱਕੋ, ਇੱਕੋ ਰੰਗ ਬਹਾਰਾਂ ਦਾ, ਬੋਲੀ ਇੱਕ ਪਰਿੰਦਿਆਂ ਦੀ ਤੇ ਇੱਕੋ ਗੀਤ ਗੁਟਾਰਾਂ ਦਾ। ਵਾਹ ਜੀ ਵਾਹ। ਦੂਰ ਦਰਾਡੋਂ ਕੂੰਜਾ ਆਵਣ, ਅੱਜ ਤੱਕ ਵੀ ਨਾ ਭੁੱਲੀਆਂ ਰਾਹ, ਇਨਸਾਨਾਂ ਨੇ ਧਰਤੀ ਵੰਡ ਲਈ, ਬਣ ਗਏ ਵੱਖੋ ਵੱਖਰੇ ਦੇਸ਼, ਭਾਂਤ ਭਾਂਤ ਦੀ ਬੋਲੀ ਹੋ ਗਈ, ਰੰਗ ਬਿਰੰਗੇ ਹੋ ਗਏ ਵੇਸ਼, ਭਾਵੇਂ ਰੱਬ ਹੈ ਇੱਕੋ ਸਭ ਦਾ, ਫਿਰ ਵੀ ਵੱਖਰੇ ਵੱਖਰੇ ਰਾਹ, ਮਿਹਰ ਕਰੀ ਉਹ ਉੱਪਰ ਵਾਲੇ, ਪਿਆਰ ਮੁਹੱਬਤ ਵੱਧਦੀ ਰਹੇ, ਨਫ਼ਰਤ ਵਾਲੀ ਇਹ ਚੰਗਿਆੜੀ, ਅਮਨ ਹੇਠਾਂ ਦੱਬਦੀ ਰਹੇ, ਹਰ ਇਨਸਾਨ ਦਾ ਸੀਨੇ ਅੰਦਰ, ਹਰ ਇਨਸਾਨ ਦਾ ਸੀਨੇ ਅੰਦਰ ਪਿਆਰ ਸਬਰ ਦਾ ਬੂਟਾ ਲਾ। ਵਾਹ ਜੀ ਵਾਹ, ਕਿਆ ਬਾਤ ਹੈ ਸੰਧੂ ਸਾਹਿਬ, ਬਹੁਤ ਵਧੀਆ ਰਚਨਾ ਜੀ। ਮੱਲੀ ਸਾਹਿਬ ਹੁਣ ਤਾਂ ਪੂਰੀ ਤਰ੍ਹਾਂ ਸੁਣਿਆ ਹੋਣਾ ਤੁਹਾਨੂੰ, ਮੇਰਾ ਖਿਆਲ ਹੈ ਕਿ ਹਜੇ ਵੀ ਪ੍ਰੋਬਲਮ ਹੈ ਤੁਹਾਡੇ ਲਈ ਸਮੱਸਿਆ, ਤੁਹਾਡੇ ਸਪੀਕਰਾਂ ਲਈ ਸਮੱਸਿਆ ਹੈਗੀ ਆ, ਤੁਸੀਂ ਹਾਂਜੀ ਬਾਅਦ ਚ ਸੈੱਟ ਕਰਿਓ ਇਹਨਾਂ ਨੂੰ, ਜੇ ਕੋਈ ਸਮੱਸਿਆ ਆਈ ਤਾਂ ਫਿਰ ਮੈਨੂੰ ਦੱਸਿਓ, ਮੈਂ ਤੁਹਾਡੀ ਹੈਲਪ ਕਰ ਦੂੰਗਾ। ਉਹ ਨਵਾਂ ਤੁਸੀਂ ਸੈੱਟ ਕੀਤਾ ਜੀ, ਸੈਟਿੰਗ ਠੀਕ ਕਰਨ ਆਈ ਹੋਣੀ ਹੈ। ਹਾਂਜੀ ਸੰਧੂ ਸਾਹਿਬ ਤੁਸੀਂ ਸ਼ੁਰੂ ਰੱਖੋ, ਤੇ ਹੁਣ ਤੁਸੀਂ ਮੇਰੇ ਖਿਆਲ ਸਾਡੇ ਨਾਲ ਦੋ ਵਿਸ਼ਿਆਂ ਤੇ ਤੁਸੀਂ ਸਾਂਝੀਆਂ ਕਰ ਚੁੱਕੇ ਹੋ ਆਪਣੀਆਂ ਰਚਨਾਵਾਂ, ਤੀਜੇ ਤੇ ਵੀ ਕੀਤੀ ਹੈ ਇੱਕ ਤੁਸੀਂ, ਤਿੰਨ ਤੇ, ਅੱਛਾ ਚਲੋ ਠੀਕ ਹੈ, ਤੇ ਅੱਛਾ ਠੀਕ ਹੈ, ਅੱਛਾ ਸੰਧੂ ਸਾਹਿਬ ਨੇ ਇੱਕ ਫੰਕਸ਼ਨ ਤੇ ਜਾਣਾ। ਮੱਲੀ ਸਾਹਿਬ ਮੈਂ ਉਹੀ 5-7 ਮਿੰਟ ਤੁਹਾਨੂੰ ਟਾਈਮ ਦੇਣਾ, ਤੁਸੀਂ ਆਪਣੀ ਇੱਕ ਦੋ ਰਚਨਾਵਾਂ ਸਾਂਝੀਆਂ ਕਰ ਲਓ। ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਤੁਸੀਂ ਫੰਕਸ਼ਨ ਤੇ ਪਹੁੰਚੋ, ਤੇ ਅਸੀਂ ਅਗਲੀ ਵਾਰੀ ਤੁਹਾਨੂੰ ਲਾਈਵ ਹੀ ਲਿਆਵਾਂਗੇ ਜਦ ਤੱਕ ਤੁਹਾਡਾ ਕੈਮਰਾ ਵਗੈਰਾ ਵੀ ਸੈੱਟ ਹੋਜੂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਓਕੇ ਜੀ, ਥੈਂਕ ਯੂ। ਤੇ ਮੱਲੀ ਸਾਹਿਬ ਤੁਸੀਂ ਹੁਣ ਹੋਲਡ ਰੱਖੋ, ਹੁਣ ਤੁਹਾਨੂੰ ਇੱਕ ਦੋ ਰਚਨਾਵਾਂ ਦਾ ਮੈਂ ਟਾਈਮ ਦਿੰਦਾ, ਆਪਣੇ ਕੋਲ 5-7 ਮਿੰਟ ਹੋਰ ਹੈਗੇ ਆ, ਤੇ ਨਾਲੇ ਤੁਹਾਡਾ ਵੀ ਕੈਮਰਾ ਚੰਗੀ ਤਰ੍ਹਾਂ ਟੈਸਟ ਹੋ ਜੂ, ਮੈਂ ਦੇਖ ਲੈਂਦਾ ਤੇ ਫਿਰ ਪਤਾ ਲੱਗ ਜੂ ਕਿੰਨੀ ਆਵਾਜ਼ ਆਉਂਦੀ ਹੈ। ਹਾਂਜੀ ਤੁਸੀਂ ਸਾਡੇ ਨਾਲ ਇੱਕ ਦੋ ਰਚਨਾਵਾਂ ਹੁਣ ਸਾਂਝੀਆਂ ਕਰ ਸਕਦੇ ਹੋ। ਸੰਜੂ ਸਾਹਿਬ ਨੇ ਇੱਕ ਫੰਕਸ਼ਨ ਤੇ ਜਾਣਾ ਸੀ, ਉਹਨਾਂ ਨੂੰ ਛੁੱਟੀ ਦੇ ਦਿੱਤੀ ਅਸੀਂ। ਹਾਂਜੀ ਥੋੜਾ ਆਪਣਾ ਮਾਈਕ ਵੀ ਉੱਚਾ ਕਰੋ, ਮਾਈਕ ਦਾ ਵੋਲੀਅਮ ਵੀ ਐਡਜਸਟ ਕਰੋ ਆਪਣਾ। ਤੁਹਾਡੀ ਆਵਾਜ਼ ਟੁੱਟ ਕੇ ਆ ਰਹੀ ਆ, ਆਪਣੇ ਮਾਈਕ ਦਾ ਵੋਲੀਅਮ ਐਡਜਸਟ ਕਰੋ, ਉਹਦੇ ਲਾਗੇ ਹੋ ਜਾਓ ਥੋੜਾ ਜਿਹਾ।
ਜਾਂ ਫਿਰ ਜਾਂ ਜੇ ਤੁਹਾਡਾ ਹਾਈ ਨਹੀਂ ਹੋ ਰਿਹਾ ਤੇ ਫਿਰ ਤੁਹਾਨੂੰ ਇਹਦੇ ਵਿੱਚ ਲਿਆ ਕੇ ਹੈਡਸੈਟ ਲਾਉਣਾ ਪਊਗਾ ਤੇ ਜਿਹੜਾ ਤੁਹਾਡੇ ਵੈਬ ਕੈਮ ਦੇ ਅੰਦਰਲਾ ਮਾਈਕ ਹੈਗਾ ਉਹ ਤੁਹਾਨੂੰ ਫਿਰ ਬੰਦ ਕਰਨਾ ਪਿਆ ਕਰਨਾ ਜਿਹੜਾ ਉਹਨੂੰ ਫਿਰ ਦੋਵਾਂ ਚੋਂ ਇੱਕ ਨੂੰ ਲਾਈਕ ਕਰਦਾ ਦੋ ਚੀਜ਼ਾਂ ਇਕੱਠੀਆਂ ਤਾਂ ਕਿਸੇ ਕੈਮਰੇ 'ਚ ਵੀ ਨਹੀਂ ਚੱਲੀਆਂ ਤੇ ਓਦਾਂ ਇਹਦੇ ਲਾਗੇ ਹੋ ਜਾਓ ਥੋੜ੍ਹਾ ਜਿਹਾ ਥੋੜ੍ਹਾ ਨੇੜੇ ਹੋ ਜਾਓ ਹੁਣ 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 ਦੇਖੋ ਥੋੜ੍ਹਾ ਥੋੜ੍ਹਾ ਮਾਈਕ ਦੇ ਲਾਗੇ ਹੋ ਜਾਓ ਵੈਸੇ ਫੋਟੋ ਤੁਹਾਡੀ ਕਲੀਅਰ ਆ ਰਹੀ ਆ ਮੋਟੋ ਵਾਲਾ ਤਾਂ ਕੈਮਰੇ ਦੀ ਕੋਈ ਸਮੱਸਿਆ ਨਹੀਂ ਹੈ ਫੋਟੋ ਵਾਲਾ ਤਾਂ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਬੋਲੋ ਥੋੜ੍ਹਾ ਜਿਹਾ ਮੈਂ ਨਾਲੇ ਮੋਨੀਟਰ ਕਰਕੇ ਦੇਖਦਾ ਕਿ ਤੁਹਾਡੀ ਆਵਾਜ਼ ਕਿੰਨੀ ਕੁ ਆ ਰਹੀ ਇੱਧਰ ਆਵਾਜ਼ ਟੁੱਟਣੀ ਨਹੀਂ ਚਾਹੀਦੀ ਵਿੱਚੋਂ ਤੁਹਾਡੀ ਆਵਾਜ਼ ਜਿਹੜੀ ਟੁੱਟ ਟੁੱਟ ਕੇ ਆ ਰਹੀ ਹੈ ਨਾ ਹਾਂਜੀ ਰਿਕਾਰਡ ਹੋ ਚੁੱਕੀ ਠੀਕ ਹੋ ਰਿਕਾਰਡਿੰਗ ਹੋ ਰਹੀ ਇਹਦੀ ਰਿਕਾਰਡਿੰਗ ਠੀਕ ਹੋ ਰਹੀ ਹੈ ਬਿਲਕੁਲ ਕਿਉਂਕਿ ਮੇਰੇ ਕੋਲ ਜਿਹੜਾ ਸਿਸਟਮ ਹੈ ਮੇਰਾ ਉਹ ਬਹੁਤ ਪਾਵਰਫੁਲ ਹੈ ਪੂਰੀ ਤਰ੍ਹਾਂ ਉਹ ਪਿਕ ਕਰ ਲੈਂਦਾ ਹੈ ਆਵਾਜ਼ ਤੁਹਾਡੀ ਟੁੱਟਣੀ ਨਹੀਂ ਚਾਹੀਦੀ ਧੀਮੀ ਬਿਸ਼ੱਕ ਹੋਵੇ ਠੀਕ ਹੈ ਸਰ ਠੀਕ ਹੈ ਹਾਂਜੀ ਸਰ ਹਾਂਜੀ ਮੈਂ ਆਪਦਾ ਦਰਸ਼ਕਾਂ ਸ਼ੇਅਰ ਕਰ ਰਿਹਾ ਠੀਕ ਹੈ ਜੀ ਹਾਂਜੀ ਮੇਰਾ ਗੀਤ ਹੈ ਹੱਸਦੀ ਦੇ ਦੰਦ ਗਿਣਦੇ ਸੀ ਹੁਣ ਉਂਗਲਾਂ ਤੇ ਬਹਿ ਕੇ ਤੇਰੇ ਲਾੜੇ ਗਿਣੀਏ ਅੱਛਾ ਜੀ ਇਹ ਮੈਂ ਤੇ ਅੱਜ ਮੈਂ ਸਾਰੇ ਦਰਸ਼ਕਾਂ ਨਾਲ ਆਪਦਾ ਸ਼ੇਅਰ ਕਰ ਰਿਹਾ ਫਿਰ ਆਖੀ ਤੇ ਪਹਿਲਾ ਸ਼ੇਅਰ ਹੈ ਜੀ ਅੱਛਾ ਸ਼ੇਅਰ ਆਪ ਦੇ ਜੈਂਛੀ ਦੇ ਲੜੇ ਤੁੜਾ ਕੱਟ ਲੈਂਦੀ ਨੀ ਉਸ ਪੰਛੀ ਨੂੰ ਜ਼ਿੰਦਗੀ ਪੈਣਾ ਚੈਨੀਂਦ ਪੈਂਦੀ ਨੀ ਉਹ ਬਸ ਹੁਸਨ ਤੇ ਤੱਕ ਕੇ ਮਾਣੀ ਦਾ ਥਾ ਗੀਤ ਹਿਜ਼ਰ ਦੇ ਗਾਉਂਦਾ ਏ ਉਹ ਤੂੰ ਤਾਂ ਬਗਲੀ ਚਾਲਾ ਕਿ ਨਹੀਂ ਪਾਣੀ ਨੈਣਾ ਨਾਲ ਕਿੰਨੇ ਕੀਤੇ ਤੂੰ ਹਲਾ ਕਿ ਨਹੀਂ ਉਹ ਤੂੰ ਤਾਂ ਬਹੁਤ ਸਹੀ ਚਲਾ ਕਿ ਨਹੀਂ ਪਤਾ ਨੀ ਨੈਣਾ ਨਾ ਕਿੰਨੇ ਕੀਤੇ ਤੂੰ ਹਲਾ ਕਿ ਨਹੀਂ ਉਹ ਜਿਹੜੇ ਚੰਨ ਜਿਹੇ ਮੁੱਖ ਨੂੰ ਦਿੰਦੇ ਚਾਨਣੀ ਜਿਹੜੇ ਚਾਹੇ ਮੁੱਖ ਨੂੰ ਸੀ ਦਿੰਦੇ ਚਾਨਣੀ ਉਹ ਬਹਿ ਕੇ ਅਸੀਂ ਅੰਬਰਾਂ ਦੇ ਤਾਲੇ ਗਿਣੀਏ ਕਦੇ ਬਹਿ ਕੇ ਤਸਦੀ ਦੇ ਦੰਦ ਗਿਣਦੇ ਸੀ ਫੁਲਾਂ ਤੇ ਬਹਿ ਕੇ ਤੇਰੇ ਲਾੜੇ ਗਿਣੀਏ ਕਦੇ ਬਹਿ ਕੇ ਤੇਰੇ ਹੱਸਦੀ ਦੇ ਦੰਦ ਗਿਣਦੇ ਸੀ ਹੁਣੇ ਉਂਗਲਾਂ ਤੇ ਬਹਿ ਕੇ ਤੇਰੇ ਲਾੜੇ ਗਿਣੀਏ ਆਖਦੇ ਨੇ ਗਿਰ ਗਮ ਖਾਣਾ ਮਾਸਣੀ ਗੱਲ ਬਹੁਤ ਹੈ ਪੁਰਾਣੀ ਕੋਈ ਤੇਰੇ ਨੀ ਆਖਦੇ ਨੇ ਗਿਰਜਾਂ ਦਾ ਕੰਮ ਖਾਣਾ ਮਾਸਣੀ ਗੱਲ ਬਹੁਤ ਹੈ ਪੁਰਾਣੀ ਕੋਈ ਤੇਰੇ ਵਿਥਣੀ ਦਿਨ ਦਿਨ ਕੱਟ ਯਾਦ ਜੋ ਗੁਜ਼ਾਰੇ ਉਹ ਦਿਨ ਯਾਦ ਤੇਰੇ ਨਾਲ ਜੋ ਗੁਜ਼ਾਰੇ ਨੀ ਨੈਣ ਵਾਲੇ ਸਾਗਰਾਂ ਦਾ ਪਾਣੀ ਮਿਣੀਏ ਕਦੇ ਬਹਿਦੀ ਦੇ ਦੰਦ ਗਿਣਦੇ ਸੀ ਹੁਣੇ ਉਂਗ ਮੁੱਲ ਮੋੜ ਦੇ ਰਹੇ ਸੀ ਤੇ ਇੱਕ ਇੱਕ ਨਖਰੇ ਦੇ ਸਕੇ ਨੀ ਤੇਰੇ ਦਿਲ ਵੱਖਰੇ ਦੇ ਸ਼ਾਮਾਂ ਤੈਨੂੰ ਹੱਥੀ ਕਰ ਸ਼ਾਮਾਂ ਤੇ ਹੁਣ ਦੱਸ ਨੀ ਸ਼ਾਮਾਂ ਕਿਹੜੀ ਹੁਣ ਦੱਸ ਸ਼ਾਮਾਂ ਲਈ ਹੁਣ ਦੱਸ ਸ਼ਾਮਾਂ ਲਈ ਕਿਹੜੀ ਸੋਹਣੀ ਏਣੀ ਹੈ
ਦੇ ਬਹਿ ਕੇ ਤੇਰੇ ਹੱਸਦੀ ਕਿਤੇ ਤੰਦ ਗਿਣੀ ਤੇ ਬਹਿ ਕੇ ਤੇਰੇ ਲਾੜੇ ਗਿਣੀਏ ਕਦੇ ਬਹਿ ਕੇ ਤੇਰੇ ਹੱਸਦੀ ਤੰਦ ਤੇ ਬਹਿ ਕੇ ਤੇਰੇ ਲਾੜੇ ਗਿਣੀਏ ਨਿੱਤ ਨਵੇਂ ਪੱਤਣ ਤੇਰੇ ਨਵੇਂ ਫੁੱਲਾਂ ਦੇ ਤੂੰ ਆਪੇ ਕੰਡੇ ਬਣਾ ਲੈ ਗਵਾਰੀ ਨਿੱਤ ਮਲਾਣੀ ਫੁੱਲਾਂ ਦੇ ਤੂੰ ਆਪ ਕੰਡੇ ਬਣਾ ਲੈ ਕੇ ਤੂੰ ਬਦਲੀ ਨੀ ਅੰਬਣਾ ਤੇ ਹੁਣ ਬਣ ਕੇ ਤੂੰ ਬਦਲੀ ਅੰਬੇੜੇ ਬੜਸ ਕਿਹੜੇ ਬਰਿਕਸ਼ਾ ਦੇ ਉੱਤੇ ਚੜੀ ਪੀਏ ਕਦੇ ਬਹਿ ਕੇ ਤੇਰੇ ਹੱਸਦੀ ਤੇ ਤੰਦ ਗਿਣੀ ਦੇ ਹੋਣੀ ਉਂਗਲਾਂ ਤੇ ਬਹਿ ਗਿਣੀ ਮੇਰੇ ਖਿਆਲ ਥੋੜੀ ਨੈਟਵਰਕ ਦੀ ਵੀ ਪ੍ਰੋਬਲਮ ਹੈਗੀ ਹੈ ਥੋੜੀ ਕਿਉਂ ਕਿਤੇ ਕਿਤੇ ਆਵਾਜ਼ ਤੁਹਾਡੀ ਟੁੱਟ ਜਾਂਦੀ ਹੈ ਵਿੱਚੋਂ ਮੈਂ ਬਾਅਦ ਚੋਂ ਫਿਕਸ ਕਰਨ ਦੀ ਕੋਸ਼ਿਸ਼ ਕਰੂੰਗਾ ਆਪਣੇ ਪੋਸਟ ਕਰਨ ਤੋਂ ਬਾਅਦ ਤੇ ਆਪਣੇ ਕੋਲ 2-3 ਮਿੰਟ ਹੋਰ ਨੇ ਤੁਸੀਂ ਇੱਕ ਛੋਟੀ ਜਿਹੀ ਰਚਨਾ ਹੋਰ ਸੁਣਾ ਸਕਦੇ ਹਾਂ ਤੇ ਫਿਰ ਉਹ ਤੋਂ ਬਾਅਦ ਆਪਾਂ ਆਪਣੇ ਪਾਠਕਾਂ ਤੋਂ ਤੇ ਆਪਣੇ ਦਰਸ਼ਕਾਂ ਤੋਂ ਛੁੱਟੀ ਲੈ ਲਵਾਂਗੇ ਤੁਹਾਡੇ ਕੈਮਰੇ ਚ ਜਾਂ ਤੁਹਾਡੀ ਆਵਾਜ਼ ਚ ਕਿੱਥੇ ਸਮੱਸਿਆ ਤੇ ਬਾਅਦ ਵਿੱਚ ਸੁਣਿਓ ਨਾ ਇਹਨੂੰ ਲਾਈਵ ਹੁਣ ਤਾਂ ਲਾਈਵ ਹੈਗੇ ਤੁਸੀਂ ਬਾਅਦ ਵਿੱਚ ਜਿਹੜੀ ਰਿਕਾਰਡ ਹੋ ਰਹੀ ਹੈ ਉਹਨੂੰ ਬਾਅਦ ਵਿੱਚ ਤੁਸੀਂ ਮੋਨੀਟਰ ਕਰਿਓ ਆਵਾਜ਼ ਕਰਿਓ ਤੇ ਸਾਨੂੰ ਪਤਾ ਲੱਗ ਜੂਗਾ ਕਿੰਨਾ ਕੁ ਤੁਹਾਨੂੰ ਵੋਲਿਊਮ ਚਾਹੀਦਾ ਕਿਤੇ ਕਿਤੇ ਸਮੱਸਿਆ ਸੀ ਮੈਨੂੰ ਵੀ ਲੱਗ ਜਾਣਾ ਪਤਾ ਤੇ ਮੈਂ ਦੇਖਦਾ ਉਹਨੂੰ ਫਿਰ ਫਿਕਸ ਕਰ ਸਕੀ ਬਾਅਦ ਚ ਹਾਂਜੀ ਛੋਟੀ ਜਿਹੀ ਰਚਨਾ ਤੁਸੀਂ ਸ਼ੇਅਰ ਕਰ ਸਕਦੇ ਹੋ 2-3 ਮਿੰਟ ਦੇ ਵਿੱਚ ਹਾਂਜੀ ਮੈਂ ਸ਼ੇਅਰ ਆਪਦਾ ਇੱਕ ਸਾਰੇ ਦਰਸ਼ਕਾਂ ਨਾਲ ਨੈਣਾਂ ਨੂੰ ਉਡੀਕਾਂ ਰਹਿ ਆਉਣ ਦੀਆਂ ਆਦਤਾਂ ਨੇ ਪੈ ਚੱਲੀਆਂ ਦਿਲ ਨੂੰ ਬਹਾਨੇ ਲਾਉਣ ਦੀਆਂ ਮੱਲੀ ਸੁੱਕ ਚੱਲੇ ਖੂਸ ਸਾਡੇ ਨੈਣਾਂ ਵਾਲੇ ਗੇੜ ਗੇੜ ਕੇ ਬਹੁਤ ਲੁੱਕ ਸੀ ਚੋਰੀ ਬੂਹੇ ਭੇੜ ਭੇੜ ਕੇ ਹੁਣ ਇੱਕ ਵਾਰੀ ਮੁੱਖੜਾ ਦਿਖਿਆ ਆ ਜਾ ਤੂੰ ਮੇਰੇ ਦਿਲ ਦਾ ਰਾਜਾ ਵੇ ਸੋਹਣਿਆ ਆ ਜਾ ਇਹ ਜੀ ਮੇਰਾ ਤੇ ਇੱਕ ਮੇਰਾ ਗੀਤ ਹੈ ਜੀ ਫੇਸਬੁੱਕ ਆਵਾਜ਼ ਤਾਂ ਹੁਣ ਵਿੱਚੋਂ ਟੁੱਟ ਰਹੀ ਹੈ ਹੋ ਸਕਦਾ ਤੁਹਾਡੀ ਨੈਟਵਰਕ ਦੀ ਸਮੱਸਿਆ ਹੋਵੇ ਫਿਰ ਤਾਂ ਆਪਾਂ ਕਹਿ ਨਹੀਂ ਸਕਦੇ ਅੱਜ ਤੁਹਾਡਾ ਪਹਿਲਾ ਦਿਨ ਆ ਕੈਮਰੇ ਨੂੰ ਟੈਸਟ ਕਰਨ ਦਾ ਹਾਂਜੀ ਤੇ ਉਹ ਤੁਸੀਂ ਆਪਣਾ ਫਾਈਨਲ ਜਿਹੜਾ ਇੱਕ ਹੈਗਾ ਉਹ ਸੁਣਾ ਦਿਓ ਤੇ ਉਹ ਤੋਂ ਬਾਅਦ ਫਿਰ ਆਪਾਂ ਇਲਾਜ ਲੈ ਲਾਂਗੇ ਆਪਣੇ ਸੋਚਾਂ ਇੱਕ ਰਹਿੰਦਾ ਨਾ ਤੁਹਾਡਾ ਇੱਕ ਸੁਣਾਉਣਾ ਚਾਹੁੰਦੇ ਹਾਂ ਨਾ ਹਾਂਜੀ ਉਹ ਸੁਣਾ ਦਿਓ ਫਿਰ ਠੀਕ ਹੈ ਮਿੱਠੀਆਂ ਕਰਦੀ ਆਉਂਦੀ ਆ ਇਹ ਤਾਂ ਗੱਲ ਹੈ ਪੱਕੀ ਪਿਆਰ ਕਰਨ ਤੋਂ ਡਰਦੀ ਆ ਉਹ ਫੇਸਬੁੱਕ ਤੇ ਮਿੱਠੀਆਂ ਕਰਦੀ ਆ ਉਹ ਰੋਟੀ ਮਰ ਜਾਂਦੀ ਮਰ ਜਾਣੀ ਹੁਣ ਲਾਈਨ ਰਹਿੰਦੀ ਆ ਪਤਾ ਨੀ ਕੀ ਉਹ ਉੱਥੇ ਉਸਦੇ ਫਰੈਂਡ ਤਾਂ ਯਾਰ
ਕੋਲੋਂ ਬਹੁਤ ਨੇ ਪਰ ਕਿਸੇ ਇੱਕ ਜੇ ਕੋਈ ਹੈਲੋ ਲਿਖ ਦਿੰਦਾ ਤਾਂ ਗੁਹਾਏ ਕਹਿੰਦੀ ਆ ਕਿਤੇ ਮਿੱਤਰਾਂ ਨਾਲ ਗੱਲਾਂ ਮਿੱਠੀਆਂ ਕਰਦੀ ਆ USA ਦੀ ਕਹਿੰਦੀ ਆ ਪਿਆਰ ਦੀ ਬੋਲੀ ਮਿੱਠੀ ਬੋਲੇ ਨਾ ਮੁੱਖ ਚੋਂ ਮਾੜਾ ਕਹਿੰਦੀ ਪਰ ਗੱਲਾਂ ਮਸਤੀ ਵਿੱਚ ਕਰਦੀ ਪਰ ਗੱਲਾਂ ਵਿਸ ਵਿੱਚ ਕਰਦੀ ਨਾ ਆਕੜ ਸਹਿੰਦੀ ਆ ਫੇਸਬੁੱਕ ਨਾ ਗੱਲਾਂ ਮਿੱਠੀਆਂ ਕਰਦੀ ਆ ਉਹ ਫੇਸਬੁੱਕ ਸਤਨਾਮ ਨਾਲ ਤਾਂ ਉਹ ਪਹਿਲਾਂ ਕੋਈ ਗੱਲ ਪਤਾ ਉਹ ਪਤਾ ਨਹੀਂ ਕਿਉਂ ਕਿਸ ਗੱਲ ਤੋਂ ਰਹੀ ਸੀ ਅੱਜ ਕੱਲ ਗੱਲ ਗੱਲ ਤੇ ਮੱਲੀ ਕਹਿੰਦੀ ਆ ਉਹ ਫੇਸਬੁੱਕ ਤੇ ਮਿੱਤਰਾਂ ਨਾਲ ਗੱਲਾਂ ਮਿੱਠੀਆਂ ਕਰ ਉਹ ਫੇਸਬੁੱਕ ਤੇ ਮਿੱਤਰਾਂ ਨਾਲ ਗੱਲਾਂ ਦਰਸ਼ਕਾਂ ਤੋਂ ਅੱਜ ਤੇ ਛੁੱਟੀ ਲੈ ਲੈਂਦੇ ਹਾਂ ਕੱਲ ਨੂੰ ਆਪਣਾ ਦੁਬਾਰਾ ਪ੍ਰੋਗਰਾਮ ਜਿਹੜਾ ਰੈਗੂਲਰ ਹੈਗਾ ਉਹ ਹੈਗਾ ਹੀ ਆ ਤੇ ਕੱਲ ਨੂੰ ਤੁਸੀਂ ਤਾਂ ਉੱਧਰ ਹੀ ਜਾਓਗੇ ਨਾ ਆਪਣੇ ਰੈਗੂਲਰ ਮਹਿਫਲ ਦੇ ਵਿੱਚ ਜਾਂ ਇੱਧਰੋਂ ਹੀ ਸ਼ਾਮਿਲ ਹੋਣਾ ਤੁਸੀਂ ਕਿਉਂਕਿ ਤੁਹਾਨੂੰ ਤੁਹਾਡੀ ਡਿਊਟੀ ਦੂਜੀ ਡਿਊਟੀ ਵੀ ਆ ਨਾ ਉਹ ਫਾਰਮਾਂ ਦੀ ਫਾਰਮ ਲੈ ਕੇ ਜਾਓਗੇ ਕੱਲ ਨੂੰ ਮੇਰੇ ਖਿਆਲ ਤੁਸੀਂ ਆਵਾਜ਼ ਮੇਰੇ ਖਿਆਲ ਤੁਹਾਨੂੰ ਪੂਰੀ ਨਹੀਂ ਆ ਰਹੀ ਤੁਹਾਡਾ ਸਿਸਟਮ ਅਜੇ ਕੰਮ ਨਹੀਂ ਕਰ ਰਿਹਾ ਚਲੋ ਬਾਅਦ ਬਾਅਦ ਅੱਛਾ ਬਾਅਦ ਚ ਬਾਅਦ ਕਰ ਲਿਓ ਚਲੋ ਠੀਕ ਹੈ ਬਾਅਦ ਚ ਬਾਅਦ ਕਰ ਲਿਓ ਹਾਂਜੀ ਫਾਰਮ ਲੈ ਜਿਓ ਆਪਣੇ ਕੱਲ ਨੂੰ ਮੈਂ ਕਿਹਾ ਨਾਲ ਕੱਲ ਤਾਂ ਤੁਸੀਂ ਉੱਧਰ ਹੀ ਜਾਣਾ ਨਾ ਕੱਲ ਆਪਣੇ ਫਾਰਮ ਨਾਲ ਲੈ ਜਿਓ ਉੱਥੇ ਜਿਹੜੇ ਜਿਹੜੀ ਤੁਹਾਡੀ ਡਿਊਟੀ ਲੱਗੀ ਹੋਈ ਹੈ ਨਾ ਉਹ ਡਿਊਟੀ ਵੀ ਤਾਂ ਨਾਲ ਨਾਲ ਪੂਰੀ ਕਰੋ ਚਲੋ ਠੀਕ ਹੈ ਹੁਣ ਅਸੀਂ ਆਪਣੇ ਪੰਜਾਬੀ ਮੰਚ ਦੇ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਕੱਲ ਨੂੰ 10 ਵਜੇ ਟਾਈਮ ਆਪਾਂ ਹੁਣ ਉਹੀ ਕਰ ਦਿੱਤਾ ਸੈਟਰਡੇ ਸੰਡੇ ਦੋਹਾਂ ਦਿਨਾਂ ਦਾ ਹੀ ਕੱਲ ਨੂੰ 10 ਵਜੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਸਲਾਮ ਅਲੈਕਮ ਨਮਸਕਾਰ ਸਲਾਮ ਗੁੱਡ ਈਵਨਿੰਗ ਗੁੱਡ ਮਾਰਨਿੰਗ ਤੇ ਰੱਬ ਰਾਖਾ ਕੱਲ੍ਹ ਫਿਰ ਮਿਲਦੇ ਹਾਂ ਓਕੇ ਜੀ ਥੈਂਕ ਯੂ